ਦਾਖਲ ਹੋ ਸਾਡੇ ਵਿਚਕਾਰ ਦੇਬੀ ਸੁਖਵਿੰਦਰ ਨੇਕੀ ਦਾ ਵੀਰ ਪਹੁੰਚਿਆ ਅਮਰੀਕਾ ਤੋਂ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਰੱਖਦੇ ਹਾਂ ਦੇਬੀ ਸਾਡਾ ਵੀਰ ਅਮਰੀਕਾ ਵਾਲਾ ਦੇਬੀ ਸਿੱਧੂ ਪਹੁੰਚਿਆ ਬਹੁਤ ਬਹੁਤ ਧੰਨਵਾਦ ਓਵਰ ਟੂ ਮੈਚ ਖੇਡ ਮੈਦਾਨ ਹਾਂਜੀ ਮੈਚ ਚਾਲੂ ਕਰੋ ਖਿਡਾਰੀਆਂ ਨੂੰ ਬੇਨਤੀ ਹੈ ਔਰ ਮੈਂ ਫਿਰ ਬੇਨਤੀ ਕਰਾਂ ਦੋਨੇ ਟੀਮਾਂ ਪਿੰਡ ਪੱਧਰ ਦੀਆਂ ਲੈ ਵੀ ਦਰਸ਼ਕੋ ਤੁਹਾਡੇ ਚਰਨਾਂ ਵਿੱਚ ਮੇਰੇ ਵੱਲੋਂ ਬੇਨਤੀ ਹੈ ਜੇ ਮੈਚ ਵੇਖਣ ਦਾ ਮਜ਼ਾ ਆ ਰਿਹਾ ਜ਼ੋਰ ਦੇ ਤਾਲਾ ਮਾਰੋ ਪਤਾ ਲੱਗੇ ਮਿਹਰਬਾਨੀ ਸਾਰੀ ਸੰਗਤ ਦੀ ਬਾਬੇ ਕਾਂਦਾ ਦੀ ਹਾਜ਼ਰੀ ਵਿੱਚ 33 ਕਰੋੜ ਦੇਵਤਿਆਂ ਦੀ ਹਾਜ਼ਰੀ ਵਿੱਚ 9 ਕਰੋੜ ਦੇਵੀਆਂ ਦੀ ਹਾਜ਼ਰੀ ਵਿੱਚ 10 ਗੁਰੂਆਂ ਦੀ ਹਾਜ਼ਰੀ ਵਿੱਚ ਇਹ ਚੱਲਦਾ ਹੋਇਆ ਮੈਚ ਐਸੇ ਬੱਗੇ ਪੰਡਾ ਮੰਗੀ ਦਿੰਦਾ ਹੋਇਆ ਗੰਡਾ ਕਿ ਗੁੱਟ ਨੂੰ ਫੜ ਕੇ ਪਗੜ ਬਣਾ ਲੈ ਲੱਤਾਂ ਦੀ ਹੁਣ ਤੂੰ ਡੰਡ ਬੈਠਕਾਂ ਲਾ ਲੈ ਕੌਡੀ ਕਬੱਡੀ 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 ਮੰਗੀ 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 ਭੀ ਮੰਗੀ 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 ਭੀ ਬੱਲੇ 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 ਪੁਆਇੰਟ ਮੰਗੀ ਜਾ ਪੁਆਇੰਟ ਮੰਗੀ ਜਾ ਦਰਸ਼ਕੋ ਤਾੜੀ ਮੰਗੀ ਵਾਸਤੇ ਮਾਰ ਦੋ ਬੜਾ ਜ਼ੋਰ ਲੱਗਾ ਹੈ ਕਿ ਤਿਪ ਤਿਪ ਚੋਵੇ ਮੁੜ ਕਬੱਡੀ ਕਰਦੀ ਮੁਰੱਬਿਆਂ ਵਾਲੀ ਕਿ ਤਿਪ ਤਿਪ ਚੋਵੇ ਮੁੜ ਬੜਾ ਜ਼ੋਰ ਲੱਗਾ ਸਾਡੇ ਛੱਡਾ ਸਾਹਿਬ ਤੱਕਦੇ ਹੋਏ ਨੇ ਕਿ ਪੂਰਾ ਜ਼ੋਰ ਲਾ ਕੇ ਮੰਗੀ ਨੇ ਪੁਆਇੰਟ ਪ੍ਰਾਪਤ ਕੀਤਾ ਜੱਸੀ ਕਾਹਨੇ ਪਿੰਡਾਂ ਟਰਾਈ ਕਰਦਾ ਹੋਇਆ ਪਰ ਪੁਆਇੰਟ ਹੈ ਉਸਲੇ ਸੰਗਰੂਰ ਦਾ ਚੱਲ ਵੀ ਮਨਜਿੰਦਰ ਸਰਾਂ ਦੀ ਫਿਰ ਕਬੱਡੀ ਪੈਂਦੀ ਹੋਈ ਸਾਡੇ ਬਲਦੇਵ ਸਿੰਘ ਦੇਵ ਡਾਕਟਰ ਹਨੀ ਜੀ ਸਿਮਾ ਜੀ ਜੋਗਾ ਜੀ ਔਰ ਸੁਖਵਿੰਦਰ ਤੋਤਾ ਜੀ ਵੱਡਾ ਮਾਨ ਕਰਦੇ ਹੋਏ ਮਨਜਿੰਦਰ ਸਰਾਂ ਦੀ ਕਬੱਡੀ ਪੈਂਦੀ ਹੋਈ ਗੱਗੀ ਖੀਰਾਂ ਵਾਲੀ ਫਿਰ ਕਬੱਡੀ ਪਾਉਣ ਮੱਤੇ ਅੱਗੇ ਵਧਿਆ ਹੋਇਆ ਚੱਲਦੇ ਹੋਏ ਮੈਦਾਨ ਦੇ ਵਿੱਚ ਕਿਸੇ ਇੱਕ ਚੁੱਲ੍ਹੇ ਦਾ ਮਾਂ ਦੀ ਰੋਟੀ ਕਿੱਥੋਂ ਲੱਭੂ ਕੌਣ ਤੇਰੇ ਨਾਲ ਪਾਊ ਕਬੱਡੀਆਂ ਕੌਣ ਛੱਲੀਆਂ ਚੱਪੂ ਕੌਣ ਤੇਰੀਆਂ ਕਰੂ ਉਡੀਕਾਂ ਹੰਝੂਆਂ ਨਾਲ ਖਲੋ ਕਿ ਆਪਣੀ ਮਿੱਟੀ ਵਰਗੀ ਕਿਧਰੇ ਆਉਣੀ ਨੀ ਖੁਸ਼ਬੂ ਆਪਣੀ ਮਿੱਟੀ ਵਰਗੀ ਕਿਧਰੇ ਆਉਣੀ ਨੀ ਖੁਸ਼ਬੂ ਮੈਚ ਦੋਨੇ ਪਾਸੇ ਫਸਿਆ ਹੋਇਆ ਕਿ ਲੋਕੀ ਗੱਲਾਂ ਕਰਦੇ ਨੇ ਆਪਸ ਵਿੱਚ ਕਿ ਲਗਭਗ ਮੈਚ ਅੜਿਆ ਹੋਇਆ ਅੜੀ ਹੋਈ ਚੀਜ਼ ਨੂੰ ਕਲੇਅਰ ਸਭ ਕੱਢਣਾ ਬੜਾ ਔਖਾ ਹੁੰਦਾ ਹੈ ਸਾਡੇ ਸਤਿਕਾਰਯੋਗ ਜੀ ਇਸ ਕਲੇਅਰ ਜਨਾਬ ਅਮਰਿੰਦਰ ਕੋਛੜ ਜੀ ਔਰ ਸਾਹਮਣੇ ਬਾਗੀ ਫਿਰ ਕਬੱਡੀ ਪਾਉਂਦਾ ਹੋਇਆ ਦਿਲਬਾਗ ਸਿੰਘ ਨਾਮ ਹੈ ਔਰ ਸਾਹਮਣੇ ਆ ਹੈ ਬੱਲੇ ਬੱਲੇ ਕਰਦਾ ਹੈ ਕਾਲੂ ਮਹੇੜੂ ਔਰ ਪੁਆਇੰਟ ਕੁਲਜੀਤਾ ਖੁਸ਼ੀ ਜ਼ਾਹਰ ਕਰਦਾ ਹੋਇਆ ਕਿ ਸਾਡਾ ਹੀ ਹੈ ਮੰਗੀ ਖੁਸ਼ੀ ਜ਼ਾਹਰ ਕਰਦਾ ਹੋਇਆ ਕਿ ਪੁਆਇੰਟ ਸਾਡਾ ਹੈ ਔਰ ਉਸੇ ਨਾਲ ਇਹ ਮੈਚ ਸਮਾਪਤ ਹੈ ਹੋ ਚੁੱਕਾ ਹੈ ਔਰ ਸਾਡੇ ਸਤਿਕਾਰਯੋਗ ਲਖੀ ਸਿੰਘ ਜੱਟਾ ਸਾਹਿਬ ਵੱਡਾ ਮਾਨ ਕਰਦੇ ਹੋਏ ਬਹੁਤ ਹੀ ਪਿਆਰਾ ਮੈਚ ਤਕੜੇ ਪੰਜਾਬੀ ਵੀਰਿਓ ਜੋ ਕਿ ਮੈਚ ਹੋਇਆ ਲਓ ਜੀ ਇਸ ਮੈਚ ਦੇ ਵਿੱਚ ਸਾਡੇ 34 ਪੁਆਇੰਟ ਰਹੇ ਨੇ DAV ਕਬੱਡੀ ਕਲੱਬ ਜਲੰਧਰ ਦੇ ਤੇ 36 ਪੁਆਇੰਟ ਨੇ ਸੰਗਰੂਰ ਤੇ ਤਾੜੀ ਮਾਰਦੇ ਸੰਗਰੂਰ ਜੇਤੂ ਰਿਹਾ ਜੀ ਸਾਡੇ ਸਤਿਕਾਰਯੋਗ ਲਖਵੀਰ ਸਿੰਘ ਚੱਠਾ ਸਾਹਿਬ ਉਹ ਵੀ ਪਹੁੰਚ ਚੁੱਕੇ ਨੇ ਮੇਰੀ ਜ਼ਿੰਦਗੀ ਦੀ ਪਰਮ ਪਿਆਰੀ ਸ਼ਕੀਜਤ ਕਿ ਹਮੇ ਤੁਮਸੇ ਪਿਆਰ ਇਤਨਾ ਜੇ ਹਮ ਨਹੀਂ ਜਾਣਦੇ ਮਗਰ ਜੀ ਨਹੀਂ ਸਕਦੇ ਤੁਹਾਰੇ ਬਿਨਾ ਮਗਰ ਜੀ ਨਹੀਂ ਸਕਦੇ ਤੁਹਾਰੇ ਜਿਨਾ ਮੇਰੇ ਬਾਪ ਤੋਂ ਬਾਅਦ ਸਤਿਕਾਰ ਕਰਨ ਯੋਗ ਸਾਡੀ ਪਿਆਰੀ ਸ਼ਖਸੀਅਤ ਸਤਿਕਾਰਯੋਗ ਲਖੀਰ ਸਿੰਘ ਚੱਠਾ ਸਾਹਿਬ ਪਹੁੰਚੇ ਨੇ ਸਵਾਗਤ ਹੈ GL ਮੈਕ ਓਵਰ ਟੂ GS ਕਲੇਰ ਸਾਹਿਬ ਹੈਲੋ ਬਹੁਤ ਹੀ ਪਿਆਰਾ ਮੈਚ ਹੋਇਆ ਜੋ ਕਿ ਡੇਵੇ ਕਾਲਜ ਕੈਲੀਫੋਰਨੀਆ ਤੇ ਸੰਗਰੂਰ ਦੇ ਵਿਚਕਾਰ ਹੁਣ ਮਾਨ ਸਨਮਾਨ ਕਰਨ ਜਾ ਰਹੇ ਹੈ ਦੋ ਗੁਰਜਾਂ ਕੋਸ਼ ਸਾਹਿਬ ਇਹ ਦੋ ਗੁਰਜਾ ਹੈ ਇਹ ਮਨਜਿੰਦਰ ਉਡਨੇ ਨੂੰ ਇੱਕ ਹੈ ਇੱਕ ਘੜੇ ਨੂੰ ਸਿੰਦਰ ਘੜਾ ਆ ਵੀ ਘੜਿਆ ਤੇਰਾ ਮਾਨ ਸਨਮਾਨ ਹੈ ਸਾਡੇ ਸਤਿਕਾਰਯੋਗ ਗੁਰਚੇਤਨ ਸਿੰਘ ਦੁਬਈ ਵਾਲੇ ਡਾਕਟਰ ਹਨੀ ਜੀ ਉੱਡਣਾ ਕਿੱਥੇ ਜੀ ਉੱਡਣਾ ਆਵੇ ਜੀ ਕਾਲੂ ਕਾਲਾ ਸੰਗਿਆਂ ਵਾਲਾ ਮਾਨ ਕਰਦਾ ਕੈਨੇਡਾ ਤੋਂ ਸਾਡੇ ਵੀਰ ਦਾ ਸਤਿਕਾਰਯੋਗ ਸਰਦਾਰ ਸੁਰਿੰਦਰ ਜੀ ਚੱਠਾ ਔਰ ਸਾਡੇ ਕੁਲਵੰਤ ਸਿੰਘ ਜੀ ਚੱਠਾ ਸਾਹਿਬ ਲਖਵੀਰ ਚੱਠਾ ਅਵਤਾਰ ਚੱਠਾ ਜੀ ਔਰ ਸਾਡੇ ਦਰਬਾਰਾ ਸਿੰਘ ਸਲੋ ਧਾਲੀਵਾਲ ਸਾਹਿਬ ਪਹੁੰਚੇ ਹੈ ਲਖਵਿੰਦਰ ਸਿੰਘ ਜੀ ਸਲੋ ਪਹੁੰਚੇ ਹੈ ਮੈਂ ਬੇਨਤੀ ਕਰਦਾ ਉਡਣੇ ਨੂੰ ਡਾਕਟਰ ਹਨੀ ਤੇ ਕਾਲੂ ਕਾਲਾ ਸੰਗਿਆਂ ਦਾ ਜਸਵੀਰ ਘੁੱਗੀ ਜੀ ਮਨਜਿੰਦਰ ਉਡਣਾ ਜਿਹੜਾ ਬਹੁਤ ਵੱਡਾ ਜਾਫੀ ਬਣਿਆ ਬਈ ਛੋਟੀ ਉਮਰ ਦੇ ਵਿੱਚ ਵੱਡੇ ਕਾਰਨਾਮੇ ਕੀਤੇ ਆ ਉੱਡਣਿਆ ਤੇਰੇ ਗੁਰਜਿੰਦਰ ਆਲ ਸਨਮਾਨ ਵਾਸਤੇ ਘੁੱਗੀ ਜੀ ਜਿਨ੍ਹਾਂ ਨੇ ਜੱਫਿਆਂ ਦੇ ਵਿੱਚ ਦੁਨੀਆਂ ਦਾ ਰਿਕਾਰਡ ਕਾਇਮ ਕੀਤਾ ਹੈ ਉਹਨਾਂ ਵੱਲੋਂ ਇਹ ਤੇਰੇ ਮੋਢੇ ਤੇ ਗੁਰਜ ਰੱਖਣਾ ਹੈ ਘੁੱਗੀ ਜੀ ਦਿਓ ਥਾਪੜਾ ਇਹ ਨੌਜਵਾਨ ਮਨਜਿੰਦਰ ਉੱਡਣੇ ਨੂੰ ਤੇ ਛਿੰਦਰ ਘੜੇ ਨੂੰ ਪੰਡਿਤ ਜੀ ਤੁਸੀਂ ਵੀ ਦਿਓ ਪਿਆਰ ਸਤਿਕਾਰ ਅਤੇ ਤਾਂ ਜੋ
ये काला संघियां दी परंपरा जड़ी है तोची पंडित जीता मोड़ जसवीर घुग्गी मुणा अते माण है सानू मिंदर मौड़ ते होर खिडारियों दे नाल इसे तरह ये नौजवान कालू बली कुदा ये काला संघियां दा नाच चमकाउंदे रहन मनजिंदर उडना ते छिंदर घड़ा पंजाब दी मार्केट कबड्डी दे हीरे बने रहन कोशिश साथी बने रहन धन्यवाद साडा देबी और वीर जो कि सुखविंदर नेकी दा अमेरिका तो पहुंचे है जी हां आखदे साडा मोणा झुके वाला और साडे बहुत ही सत्कारयोग साडे पंजाब दी मार्केट कबड्डी दे बहुत ही तगड़े खिडारी पंडित राकेश कुमार जी काला संघिया उन्होंने 500 रुपया इन्हों दोनों महान जाफियां लई विशेष तौर पर मान भेजा असं उन्होंने बहुत धन्यवादी हाँ राकेश पंडित जी कबड्डी खिडारी काला संघिया तो वड़ा प्यार वड़ा सत्कार धन्यवाद मेहरबानी कोशल साहब हाँ जी हाँ जो कि ओपन का पहला नाम साडे सलविंदर सिंह जी झुके वालों दिता जा रहा है जो कि दूजा नाम सुखपाल सिंह बैंस साडे सोखी झुके वालों दिता जा रहा है और पहला नाम 31,000 का मान सत्कार साडे सत्कार योग सलविंदर सिंह जी और यूके वाले दे रहे हैं दूजा नाम 25,000 का साडे सुखविंदर सुखपाल सिंह जी बैंस सुखी झुके वाला ये 25,000 रुपये का मान दे रहे हैं और साडा गुरचेतन दुबई वाला ते दीपा न्यूजीलैंड वालों अवतार सिंह जी माणे वालों ये 70 ते 55 किलो के चारे नाम इन्हां वालों दिते जाने हैं 70-55 किलो का जो कि पहला नाम 13,000 का है दूजा नाम 11,000 रुपये का 55 किलो का पहला नाम 5,000 4,000 रुपया इन्हां वालों दिता जाना है तो अकैडमियां का पहला नाम अजमेर सिंह जी बब्बी यूएसए वालों जो कि 1,00,000 रुपये का मान सत्कार अकैडमियां दिता जाना पहला नाम तो दूजा नाम 75,000 का अमरजीत सिंह जी पप्पू अमेरिका वालों दिता जाना है पप्पू संघे वालों दिता जाना है दूजा नाम 75,000 रुपये का दर्शक वीरों इन्होंने वीर वास्ते जोरदार ताड़ियां मारो क्योंकि 1,00,000 रुपया 75,000 रुपये कितने भाजी काला संघ बैठे यार मैं जाए ता तैनू किन्ने चिर का अनाउंस करी जाने बालन वाले कितने मेरा वीर काला संघ वेट कर दिया बई बालन वाले छेदी ग्राउंड च पहुंचो मेरा वीर दो मार्च का दिन होगा तलवंडी चौधरियां दे खेड मेले का पिंड पद्धर दीआं टीमां खेडण गईआं 2 मार्च नूं त्रिलोचन जी काकी जी कहिंदे आ वी 3 मार्च नूं अंतरराष्ट्री क्लबां खेडण गईआं बहुत सारा धन्नवाद मेहरबानी असीं मौड़ साहिब वल्लों बहुत बहुत धन्यवाद रखते हैं बालनों की टीम जी ओपन की ग्राउंड च पहुंचे भाई काला सिंह की टीम ग्राउंड च खड़ी है 1 मिनट भाजी कोई 1 मिनट का समा बालनों वाले भाजी कितने कपड़े लाने हाथ खड़ा करो मड़ा जा बालनों वाले असी बहुत बहुत धन्यवाद रखते हैं सरदार महेंद्र सिंह मौड़ साहिब वालों साडे सत्कार योग 1 मिनट भाजी बहादुर सिंह शेरगिल साहब का और लिंबर सिंह लद्दड़ का पाली चठे का कलवंत चठे का लखवीर चठे का अवतार चठे का सुरेंद्र जी चठे का और बहादुर सिंह शेरगिल साहब का पैरा सिंह गमटाले का बहुत बहुत धन्यवाद आखते हैं और साडे सत्कार योग महेंद्र सिंह जी मौड़ साहब वालों और साडे लखवीर चठा जी जी हैं गुरमेर सिंह जी चठा साहब पहुंचे हैं सारे वीरां नूं चठा ब्रदर नूं महेंद्र सिंह मौड़ साहब वालों बहुत बहुत धन्यवाद जी आया जी आया हैलो बालनों की टीम यार किथे कपड़े लाउंदी है ग्राउंड च पहुंच वे आ गई भी बालनों टीम ताड़ियां लगा दे एक बारी हेलो बालनों वालों की टीम ग्राउंड च एंटर कर गई है बालनों 1 मिनट बालनों बालनों की टीम ने बेनती है जिदा पहलों खेले सी फुल खिडारी आओ क्योंकि काला संघियां वाले जोगे ने कहा क्लियर बालनों वालों नूं बेनती करनी है कि टीम पूरी आवे कुंडियां दे सिंघ फसने चाहिए अंबा कहिंदा क्लियर कोई गल नहीं पूरी टीम आऊगी मक्खन वर्गे बब्बर शेर मैक दे सतनाम सदमा दोनों वाला हैलो कलेर साहब
ओपन दिया टीमों में बेस्ट रेडर से बेस्ट जाफी माइक्रोवेव ओवन दिता जाऊगा कैपिटल लोकल एरिया बैंक वालों। खिलाड़ी भी नोट कर लैन, ओपन दिया टीमों में बेस्ट रेडर से बेस्ट जाफी लो मेरे वीरों बड़े तकड़े मुकाबले माइक्रो ओवन बेस्ट रेडर से बेस्ट जाफी तैयार है जो कि खिडारी भी नोट करो बेस्ट जाफी होगा अकैडमिया विचों ते बेस्ट रेडर होगा उन्होंने कैपिटल बैंक वालों यह मान सत्कार दिता जाना। लो पेंड पद्धर का मेरे वीरों फाइनल मुकाबला शुरू होने जा रहा है छेवें साल कबड्डी का। हेलो एक मिनट काके मैं बेनती कर जा रहा समुची कमेटी को मौर साहब एक मिनट आओ जी प्रधान साहब जसवीर घुग्गी जी आखते हैं मौना जी के मान सम्मान सरदार सुरजन सिंह चट्ठा साहब का किया जाना है सुरेंद्र सिंह जी बैंस साहब प्लीज आन ते नाल पाली चट्ठा जी एक मिनट आओ जी कुलवंत सिंह जी चट्ठा साहब भी आन पाली चट्ठा कुलवंत सिंह जी चट्ठा साहब प्लीज मान सम्मान लैन जी क्योंकि काला संगी है स्पोर्ट्स कमेटी वालों किया जा रहा लेट हो गए है साडा वीर जसवीर घुग्गी जी आखदा कि लेट आए है कोई गल नहीं कुलवंत चट्ठा जी आओ जी लै पाली चट्ठा जी प्लीज आओ जी मान सम्मान लो जी साढ़े सुरेंद्र सिंह जी बैंसा प्लीज तुम भी आओ जी साढ़े सुरजीत सिंह जी कंग साहब प्लीज आओ जो कि 21 फरवरी कबड्डी कप शहीद भगत सिंह जी के नाते करवाए जा रहे हैं नवें शहर भगत सिंह जी नगर प्लीज खटखट कला प्लीज इन्हों वीर बेनती है प्लीज आके अपना मान सम्मान लाने पाली चट्ठा जी पाली चट्ठा जी प्लीज आओ जी सुरेंद्र बैंस जी प्लीज तुम भी आओ जिन्हें भी अनाउंस कर दे प्लीज आओ सरजीत सिंह जी कंग साहब प्लीज तुम भी आओ सरजीत सिंह जी कंग साहब लो मेरे काला संघिया वाला कंते भाजी आओ सरजीत सिंह जी कंता काला संघिया वाला आओ जी सुरेंद्र सिंह जी बैंस साहब 21 फरवरी कबड्डी कप जो कि खटकड़ कला करवाए जा रहे हैं शहीद भगत सिंह जी समर्पित संतोख सिंह वीर पिंड वाले संतोख बीरपिंड साड़ी इंद्र मान ठीक है जी कांता खाला संगे वाला थैंक यू ओवर टू मैक हां सतनाम सम्मान दोना लो बहुत बहुत धन्यवाद जी मेरे वीरो साडे एनआर वीरां दा मान सम्मान हो रहा है छेवें साल दे विच पहुंचा है खेड मेला मेरे वीर पिंड पद्धर का फाइनल मुकाबला सारे एनआर वीरां दा आपां धन्यवाद आखांगे 10:02:07 का टाइम होएगा जोगा मेरे वीर मैंबर पंचायत ऐलान करते हुए लो मेरे वीरों सजे हथ है तंत्र बाबा कानदास की पवित्र धरती मेरे वीरों काला संघिया की टीम और इधले पासे बल लाने की टीम है फाइनल मुकाबला सिंह फसनगे कुंडिया के जब मैच कबड्डी का होना है डौले लिशकन मुंडिया के सब ने जोर हीक का लाना है पेड़ होने जा साना दे खड़के देखू कुल जमाना ते कप ही जितने जिन्हें डौलिया पट्टा बिच जाना हनी डॉक्टर जी पंज दरिया की धरती इहनू कहिंदे ने पंजाब इत्थे रिशियां मुनियां साधुआं कीते ने मंत्र जाप इत्थे ईदां ते दिवालियां साडे सांझे ने तिहार यह धरती पंज दरिया की इहनू कहिंदे ने पंजाब अज पंजाब दा मेरे वीरो इह महान नगर है जिथे मेरे वीरो कबड्डी दे इतिहास विच सुनहरी पन्ने विच काला सिंघ दा नां चमकदा है सो अज उसे नगर दे विच छेवें साल दे विच पहुंचा है खेड मेला आपां सारे नगर दा धन्नवाद आखांगे एक पंजाब दी वक्खरी मैं गेम देखी जिहनू आखदे खेड कबड्डी लोको
ਬਰਛਿਆਂ ਵਰਗੇ ਮੈਂ ਲੰਮੇ ਸਰੀਰ ਦੇਖੇ, ਛਾਤੀ ਦੇਖੀ ਮੈਂ ਗੁਰੂਆਂ ਦੀ ਢਾਲ ਵਰਗੀ, ਇੱਕ ਦੂਜੇ ਨਾਲ ਦੇਖਿਆ ਜਿਵੇਂ ਸ਼ੇਰ ਪਿੜਦਾ। ਇਹ ਗੱਲ ਹੈ ਸਾਰੀ ਕਰਾਮਾਤ ਦੀ ਜੀ। ਹਿੰਮਤ ਦੇਖੀ ਮੈਂ ਜਿਵੇਂ ਤੂਫਾਨ ਆਉਂਦਾ ਤੇ ਸੱਟ ਪੈਂਦੀ ਜਿਵੇਂ ਲੋਹੇ ਤੇ ਲੋਹਾਰ ਦੀ ਜੀ। ਸਤਨਾਮ ਸਿੰਘ ਮਾ ਲੋਕੀ ਤਾਂ ਹਰਾਰ ਰਹਿ ਗਏ। ਰੱਬ ਨੇ ਖੇਡ ਦੇਖੋ ਕਿੱਥੇ ਚਾੜਤੀ ਜੀ, ਰੱਬ ਨੇ ਖੇਡ 2 ਕਰੋੜੀ ਬਣਾਤੀ। ਅੱਜ ਮੇਰੀ ਵੀਰੋ ਖਾਚਾ ਕਰ, ਮੇਰੀ ਵੀਰੋ ਸਾਰੇ ਨਗਰ ਦਾ ਆਪਾਂ ਧੰਨਵਾਦ ਆਖਾਂਗੇ। ਜਿੱਥੇ ਖਾਚਾ ਖੱਚ ਮੇਰੀ ਵੀਰੋ ਸਟੇਡੀਅਮ ਭਰਿਆ ਹੋਇਆ ਸਾਰੇ ਨਗਰ ਦਾ, ਇਲਾਕੇ ਦੀਆਂ ਸੰਗਤਾਂ ਦਾ, ਕਿੰਨਾ ਸੋਹਣਾ ਮੱਕਾ ਮੇਰੇ ਰੱਬ ਨੇ ਬਣਾਇਆ। ਇਸ ਮੱਕੇ ਵਿੱਚ ਜੱਗ ਸਾਰਾ ਮੇਲਾ ਦੇਖਣਾ ਆ। ਸਾਰੇ NR ਵੀਰਾਂ ਦਾ ਧੰਨਵਾਦ ਆਖਾਂਗੇ ਜਿਹੜੇ ਪ੍ਰਦੇਸ਼ਾਂ ਤੋਂ ਆਉਂਦੇ ਨੇ ਉਹ ਖੇਡ ਮੇਲਾ ਕਰਾਉਂਦੇ ਨੇ, ਜਿਹੜੇ ਨਹੀਂ ਆਉਂਦੇ ਉਹ ਪੈਸੇ ਭੇਜਦੇ ਨੇ ਇਸ ਕਬੱਡੀ ਦਾ ਕਰ ਚੁਕਾਉਣ ਦੇ ਲਈ। ਹੁਣ ਥਾਂ ਥਾਂ ਲੱਗਦੇ ਨੇ ਖੇਡ ਮੇਲੇ, ਬਣ ਗਈ ਡੋਰਲਾ ਤੇ ਪਾਂਡਾ ਦੀ ਕਹਾਣੀ ਜੀ। ਜਿੰਦਾ ਰੱਖ ਲਈ ਕਬੱਡੀ ਪ੍ਰਵਾਸੀ ਹੋ, ਨਹੀਂ ਤਾਂ ਅੱਜ ਨੂੰ ਖਤਮ ਹੋ ਜਾਣੀ ਸੀ। ਲਓ ਮੇਰੇ ਵੀਰੋ NR ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਆਪਣੇ ਨਗਰ ਦੇ ਵਿੱਚ ਖੇਡ ਮੇਲਾ ਕਰਾਉਂਦੇ ਨੇ। ਆਪਾਂ ਇਸਤਕਬਾਲ ਆਖਾਂਗੇ ਸਾਰੀਆਂ ਸੰਗਤਾਂ ਦਾ। ਲਓ ਪਹਿਲੀ ਕਬੱਡੀ ਮੇਰੇ ਵੀਰੋ ਦੇਖਾਂਗੇ ਕਿਹਦੇ ਹਿੱਸੇ ਆਈ ਹੈ। ਲਓ ਸੰਦੀਪ ਕਾਲਾ ਸਿੰਘਿਆਂ ਵਾਲਾ, ਪਰਮਜੀਤ ਸਿੰਘ ਦਾ ਬੇਟਾ, ਮਾਰੋ ਤਾੜੀਆਂ ਹਲਕੀ ਆਈਆਂ ਥੋੜ੍ਹੇ ਮੈਚ ਦੇ ਵਿੱਚ ਗਰਮੀ ਆ ਜਾਏਗੀ। ਲਓ ਸੰਦੀਪ ਮੇਰੇ ਵੀਰੋ ਕਾਲਾ ਸਿੰਘਿਆਂ ਵਾਲਾ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰ ਬਾਰ ਤਿਆਰ। ਲਓ ਬਲ ਨੌ ਵਾਲੇ ਇਧਰੇ ਪਾਸੇ ਅੰਬੂ ਦੇ ਨਾਲ ਹਲਕਾ ਜਿਹਾ ਟੱਚ ਕਰਦਾ ਹੋਇਆ, ਮੇਰੇ ਕਬੱਡੀ ਦਾ ਕੋਚ ਵੀ ਹੈ। ਇਧਰੇ ਪਾਸੇ ਰਾਣਾ ਬਨਵਾਲੀਪੁਰੀ ਆ, ਸਰਤਾਲ ਵਿੱਚ ਵਿਸਲ ਮਾਰਦਾ ਪੈਂਟ ਜਿਹੜਾ ਕਾਲਾ ਸਿੰਘ ਦੀ ਟੀਮ ਦੇ ਖੱਤ ਵੀ ਜੁੜਦਾ ਹੋਇਆ। ਲਓ ਬਲ ਨੌ ਵਾਲਾ ਮੇਰੇ ਵੀਰੋ ਮੰਨਾ ਪਹਿਲੇ ਮੈਚ ਵੀ ਬੜਾ ਤਕੜਾ ਖੇਲਿਆ। ਲਓ ਚਾਰ ਜਾਫੀ ਮੇਰੇ ਵੀਰੋ ਤਿਆਰ ਬਾਰ ਤਿਆਰ ਨੇ। ਉਧਰੇ ਪਾਸੇ 2 ਮੇਰੇ ਵੀਰੋ ਮਹਾਨ ਖਿਡਾਰੀ ਔਰਲੀ ਕਨੀ ਦੇ ਜਿਹਨਾਂ ਦਾ ਸਪੈਸ਼ਲ ਤੌਰ ਤੇ ਗੁਰਜਰ ਦੇ ਨਾਲ ਮਾਨ ਸਨਮਾਨ ਹੋਇਆ। ਲਓ ਮੱਲ ਜਿੰਦਰ ਕੀ ਕਮਾਲ ਕਰੇਗਾ। ਲਓ ਇਧਰੇ ਪਾਸੇ ਮਨਜਿੰਦਰ ਸਿੰਘ ਉਰਣਾ ਮੇਰੇ ਵੀਰੋ, ਮਾਰੋ ਤਾੜੀਆਂ ਮੇਰੇ ਵੀਰੋ ਪਹਿਲੇ ਜਾਫੇ ਵਾਸਤੇ। ਲਓ ਮਨਜਿੰਦਰ ਸਿੰਘ ਉਰਣਾ ਜਿਹਦੇ ਮੇਰੇ ਮਹਿੰਦਰ ਮੌੜ ਜੀ ਨੇ ਔਰ ਕਬੱਡੀ ਦੇ ਪੇਪਲ ਬੋਰਡ ਨੇ ਔਰ ਇਧਰੇ ਪਾਸੇ ਮਾਣ ਕੀਤਾ ਇਸ ਗੱਭਰੂ ਦਾ, ਆਪਾਂ ਧੰਨਵਾਦ ਆਖਾਂਗੇ। ਇੱਕ ਅੰਕ ਦਾ ਵਾਧਾ ਨੌਜਨ ਗੱਭਰੂ ਕਰਦਾ ਹੋਇਆ। ਲਓ ਕੁਲਵਿੰਦਰ ਕੁੱਦਾ ਦਾ ਛੋਟਾ ਵੀਰ ਪਰਵਿੰਦਰ ਸਿੰਘ, ਸਰਦਾਰ ਸਤਨਾਮ ਸਿੰਘ ਦਾ ਬੇਟਾ, ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਾਰ ਤਿਆਰ। ਲਓ ਸਤਨਾਮ ਸਿੰਘ ਨੂੰ ਬੜਾ ਮਾਣ ਹੈ, ਪਰਵਿੰਦਰ ਸਿੰਘ 2 ਵੀਰ ਕਬੱਡੀ ਖੇਲਦੇ ਨੇ ਕਾਲਾ ਸੰਘਿਆ ਵਾਲੇ। ਪੱਠਾ ਡੱਕਾ ਸਾਂਭ ਕੇ ਮਿੱਤਰਾ ਖਿੱਚ ਲਈ ਤਿਆਰੀ ਹੋਏ, ਪਿੰਡ ਕਾਲਾ ਸੰਘਿਆ ਵਿੱਚ ਲੱਗਣਾ ਮੇਲਾ ਪਾਰੀ ਹੋਏ। ਲਿਸ਼ਕ ਰਹੇ ਨੇ ਪਿੰਡੇ ਮਲਮਲ ਤੇਲ ਜਵਾਨਾਂ ਦੇ, ਅੱਜ ਡੌਲਿਆਂ ਉੱਤੇ ਚੱਲਦੀ ਦੇਖੀ ਰੇਲ ਜਵਾਨਾਂ ਦੇ। ਲਓ ਸੁੱਖੇ ਇਧਰੇ ਪਾਸੇ ਸੁੱਖਾ ਮੇਰੇ ਜੱਫਾ ਨਹੀਂ ਲਾ ਸਕਿਆ ਹੈ, ਪਰ ਇਧਰੇ ਪਾਸੇ ਅਗਲੀ ਕਬੱਡੀ ਮੱਖਣ ਬਲ ਨੌ ਵਾਲਾ ਬਿਹਾਰੀਪੁਰ ਦਾ ਕਿੰਦਾ ਤੇ ਸੰਦੀਪ ਰਲੀਆਂ, ਐਵੇਂ ਹੀ ਦੁਨੀਆਂ ਵਿੱਚ ਗੱਲਾਂ ਚੱਲੀਆਂ। ਮੰਗਾ ਮਿੱਠਿਆ ਪੁਰੀਆ ਪਹਾੜ ਸਿੰਘ ਜੀ, ਕਾਕੇ ਨੇ ਮਸ਼ਹੂਰ ਕੀਤਾ ਕਾਰੀ ਪਿੰਡ ਜੀ, ਜਤਿੰਦਰ ਜੀਤੀ ਵੀਰੇ ਲੱਡੂ ਵਰਗੇ ਜੋਰਮ ਤਾਂ ਬਣ ਗਏ ਸ਼ਿੰਗਾਰ ਮਿੱਤਰੋ, ਇਹ ਬਲੀ ਪੁੱਤ ਮਾਵਾਂ ਦੇ ਕਬੱਡੀ ਖੇਲ ਖੇਲ ਬਣ ਜਾਂਦੇ ਸੁਪਰ ਸਟਾਰ ਮਿੱਤਰੋ। ਲਓ ਅੱਜ ਸਟਾਰ ਮਨਜਿੰਦਰ ਸਿੰਘ ਉਡਣਾ ਮੇਵੀਰੋ, ਸੁੱਖੇ ਪੜਾਲ ਦੇ ਨਾਲ ਜੋੜੀ ਬੜੀ ਮਸ਼ਹੂਰ ਰਹੀ ਹੈ। 2013 ਦੇ ਵਿੱਚ ਮੇਰੇ ਵੀਰੋ ਰਾਮਪੁਰਾ ਫੂਲ ਬਠਿੰਡੇ ਦੇ ਵਿੱਚ ਔਰ ਨੈਨੋ ਕਾਰ ਜਿੱਤੀ ਸੁੱਕੇ ਪੜਾਲ ਨੇ, ਇੱਕ ਜੱਫਾ ਇਹਦਾ ਕੱਟ ਰਹਿ ਗਿਆ ਸੀ, ਨਹੀਂ ਤਾਂ ਮੇਰੇ ਇਹਨੂੰ ਨੈਨੋ ਕਾਰ ਮਿਲਣੀ ਸੀ। ਲਓ ਅਗਲੀ ਕਬੱਡੀ ਗੁਰਤਾਜ ਸਿੰਘ ਤਾਜਾ ਮੇਰੇ ਵੀਰੋ, ਧਾਲੀਵਾਲ ਕੱਪ ਦੇ ਵਿੱਚ ਪਹਿਲੀ ਜਦੋਂ ਕਬੱਡੀ ਪਾਈ ਇਸ ਗੱਭਰੂ ਨੇ ਤੇ ਸੋਰੂ ਜੰਪ ਨੇ ਅਰਦਾਸ ਬੇਨਤੀ ਕੀਤੀ ਮਾਲਕਾ ਭਲੀ ਕਰੀ। ਲਓ ਸੀਚੇਵਾਲ ਦੇ ਕੱਪ ਦੇ ਵਿੱਚ ਮੇਰੇ ਸੱਟ ਲੱਗ ਗਈ ਸੀ। ਅਵਤਾਰ ਸਿੰਘ ਹੈਲੋ, ਫਾਈਨਲ ਮੈਚ ਦੀਆਂ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰਨ, ਫਾਈਨਲ ਮੈਚ ਦੀਆਂ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰਨ। ਬਹੁਤ ਪਿਆਰੀ ਸਾਊਂਡ, ਗੋਰਾ ਸਾਊਂਡ ਕਾਲਾ ਸਿੰਘਾਂ ਵਾਲੇ ਦਾ ਬਹੁਤ ਬਹੁਤ ਧੰਨਵਾਦ, ਵਾਲੀਆ ਡੀਟੇ ਸਟੂਡੀਓ ਦਾ ਬਹੁਤ ਬਹੁਤ ਧੰਨਵਾਦ, ਵਾਲੀਆ ਟੈਂਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਓਟ ਮੈਚ ਖੇਡ ਮੈਦਾਨ, ਲਓ ਆਪਾਂ ਸਾਰੇ ਨਗਰ ਦਾ ਧੰਨਵਾਦ ਆਖਾਂਗੇ। ਲਓ ਮਨਜਿੰਦਰ ਇਹਦੇ ਲਈ ਪਾਸੇ ਨੌਜਨ ਗੱਭਰੂ ਸ਼ਿੰਦਰ ਘੜਾ ਆਖਦੇ ਆ, ਇਹਦਾ ਵੀ ਮਾਣ ਸਨਮਾਨ ਹੋਇਆ ਅੱਜ, ਪਰ ਜੱਫਾ ਨਹੀਂ ਲਾ ਸਕਿਆ ਪੈਣ ਜਿਹੜਾ ਬਲ ਨੌ ਦੇ ਖਾਤੇ ਵੀ ਜੁੜਦਾ ਹੋਇਆ। ਮਨਪ੍ਰੀਤ ਕੈਨੇਡਾ ਜੀ, ਕਾਲੂ ਕੈਨੇਡਾ ਜੀ ਔਰ ਮਨਜਿੰਦਰ ਜਿੰਨੇ ਵੀ ਜੱਫੇ ਲਾਵੇਗਾ ਉਹਨੇ ਮਾਨ ਸਨਮਾਨ ਹੋਣਗੇ, ਸਾਡੇ ਡਾਕਟਰ ਸਾਹਿਬ ਦੱਸਦੇ ਨੇ। ਲਓ ਇਧਰਲੇ ਪਾਸੇ ਪੈਂਟ ਜਿਹੜਾ ਕਾਲਾ ਸਿੰਘ ਦੇ ਖਾਤੇ ਵਿੱਚ ਜੁੜਦਾ ਹੋਇਆ, ਕਹਿੰਦੇ ਬਿੱਟੂ ਫੇਰ ਨਾ। ਹਾਂਜੀ ਹੈਲੋ, ਇਹ ਉਡਨੇ ਤੇਰੇ ਵਾਸਤੇ 1100 ਰੁਪਈਆ ਜਤਿੰਦਰ ਲਾਲੀ ਵੱਲੋਂ ਕੈਨੇਡਾ ਵੱਲੋਂ ਤੇਰੇ ਵਾਸਤੇ ਭੇਜਿਆ ਗਿਆ ਤੇ 1100 ਰੁਪਈਆ ਤਾਜੇ ਵਾਸਤੇ, ਇਹ 1100 ਰੁਪਈਆ ਤਾਜੇ ਵਾਸਤੇ ਜਤਿੰਦਰ ਲਾਲੀ ਵੱਲੋਂ ਭੇਜਿਆ ਗਿਆ। 2200 ਰੁਪਈਆ ਮੇਰੇ ਕੋਲ ਪਹੁੰਚ ਗਿਆ, ਮੈਂ ਆਪਣੇ ਵੀਰ ਜਤਿੰਦਰ ਲਾਲੀ ਦਾ ਕੈਨੇਡਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਰੱਖਦਿਆਂ ਹੈ।
और ओवर टू मैच खेल मैदान। लो मनजिंदर उड़ना मारो ताड़ियां, मेरी तीजा जफा हो गया लगातार। लो बड़ा शानदार जफा लगता है, एक अंक का होर वादा करता है नौजवान गबरू। बलजीत संघा जी भी पहुंच गए ने और कलमा दे तरी कलमा दे बादशाह अवशे तौर ते आपां धन्नवाद आखांगे। लो उधरले पासे कहिंदे तरनोले बड़ा जगतार सुखविंदर सिंह नेकी खुच पड़न दे काढू रहे ने उहनां दे छोटे वीर मेरी रो देवी भाई आपां यूएसए तों धन्नवाद आखांगे। साडा पाली चट्ठा जिहड़ा के एक मिनट करके पाली चट्ठा टेलीफोन वाला जिन्होंने 13 फरवरी को कबड्डी कप ढंडोवाल कराया 45,000 दर्शक भीर वेखण वास्ते आया। 1.5 लाख दर्शक भीर नैट के नाल जुड़े रहे कि ढंडोवाल का खेड मेला अज पाली चट्ठा चट्ठा ब्रदर वालों और साडे इन्हां दोनों टीमों सरदार महेंद्र सिंह मौड़ साहब के नाते 1,000 रुपया देंदे है। मैं गुरपाल सिंह पाली चट्ठे का बहुत बहुत धन्यवाद रखदा जो कि टीमों सत्कार दिता। ताजे नू लाली ने 1100 रुपया मान दिता ओ टू मैक साडे सत्कार योग सतनाम सिद्धवा दोनों। लो मैं बेनती करांगा मेरी हो हेलो डविंडी ताके सरदार हरभजन सिंह जी खैरा साहब आस्ट्रेलिया वाले उड़ने वास्ते 500 रुपये का स्पैशल प्राइज भेजते हैं। उड़ने बापू गांधी वाले नोट आन लग पे पाली ने लाली ने खैरा साहब ने माण भेजिया कि उड़ने का माण करिए ओ टू मैक सतनाम। माने चाचे वालों मेरी भी 500 रुपया गुरताज सिंह ताजे नू मेरे वीरो क्लबां दे विच बड़ा तकड़ा खेलदा सी थोड़ी जी नजर ही लग गई इस गबरे नू सट लगी है इस करके मेरे वीरो हुण घट कबड्डियां पाउंदा। लो उधरे पासे शिंदर कड़ा लो मेरे वीरो मारो ताड़ियां जोरदार एक बारी उधरे पासे चप्पा चप्पा तरखा चलदा है नहीं मुल पैंदा चले कारतूस दा कौडी लख लख दी जफा कले कले दा। आपां चट्ठा ब्रदर दा धन्नवाद आखांगे कुलवंत सिंह जी चट्ठा विशेष तौर ते पहुंचे ने नाल लैंबर सिंह जी मेरे लद्दड़ साहब बलवंत सिंह जी गंता विशेष तौर पर सेह से बैठे ने एनआरवीआं दा धन्नवाद आखांगे। लो संदीप काला संगिया वाला अगली कबड्डी पाउण दे लई तैयार बर तैयार कहिंदे दुल्ले दा पंप ते सोनू दा जंप मीक दे वाल ते कालू दी छाल पाकिस्तानियां बट ते गुलाल दे पट मंगी दे दां ते टरंटो दा हरा हरा घा खराजी दे नचना ते मोठे दा हसना गग्गू दी पाज ते रोमी दी डाज पाले दी तकनीक मियां इंडिया काले दा शरीर विच दुनिया दे मशहूर है किहदे विच किहड़ी खूबी अज आपां दसांगे जरूर है। लो किहड़ा खिलाड़ी किहड़े अंदाज नाल खेलदा है लो मन्ना बल नौ बल अगली कबड्डी पाउण दे लई तैयार बर तैयार। लो पहली गली ते मल है लो शिंदर कड़ा फिर कोशिश करदा होया पर पेंड है बल नौ दी टीम दे खाते विच जुड़दा होया अज सारे नगर वासियां नूं सतनाम सिंह का बेटा घुद्दे का छोटा वीर पलविंदर सिंह अगली कबड्डी पाउण दे लई तैयार बार तैयार। लो उधरले पासे नरवैल फिर कोशिश करता होया पर पैण जिहड़ा तंत्र बाबा कांदास हेलो काला सिंह देवी 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 सिद्धू साडा नेकी सदमा वाले का वीर पहुंचया देवी सोल उन्हां वल्लों ताजे वास्ते 500 रुपये का मान भेजा गया सरदार दरबारा सिंह जी धालीवाल साहब 1100 रुपया साड़ी कमेटी नूं मान भेजदे आ। मैं धालीवाल साहब का बहुत बहुत धन्यवाद मौड़ साहब 1100 रुपया साडे धालीवाल साहब दरबारा सिंह जी मान भेजदे आ तुहाडे वास्ते बहुत बहुत धन्यवाद। लो वालिया डई च स्टूडियो आपां धन्नवाद आखांगे जिथे सुखविंदर सिंह नेकी 1991 दा 92 दा कहिंदे वी सुरखपुरिया मंगी और 1993-94-95 दा कहिंदे वी हरजीत बाजा खाना दी पूरी चंडी रही सी। लो गुरताज सिंह ताजा अगली कबड्डी पाउण दे लई तैयार बर तैयार पीता ते दीपा 500 रुपया मेरे गुरताज सिंह जी ताजा। लो उधर सारा टब्बर ही पै गया ही पर पैंट जिहड़ा काला सिंह के खाते भी जुड़ता है गुरताज सिंह ताजे के खाते भी चल भी मन्ने पा अगली कबड्डी बिट्टू का वेरना ते मंगी का हंदिया ते घेरना भलवान के कंधे अमन जहाज दूर करता हंधे पाले जलालपुरी के मोहरे अड़ना ते सुखे पड़ाल का बंदा चीते वांगू फड़ना बड़ा चीड़ा जापी एक मठूरे केदे विच केड़ी खूबी अज दसना जरूर है। लो उधरले पासे मेरे वीओ मरजिंदर रोड़ा कमाल करता है पर इधरले पासे एक अंक का होर वाधा अपनी टीम के खाते भी जोड़ता है। चल भी संदीप गुरचेतन सोनू और यूके वालों विशेष तौर पर मनजिंदर घड़े इधर वास्ते माण भेजते हैं आप धन्यवाद आखांगे। लो परमजीत सिंह का बेटा अगली कबड्डी पाउण दे संदीप काला संगिया वाला लो एक पासे नरवैल नाल ही इधर पासे मक्खण पर राणा बरवालीपुरिया सरतार विच मिसल मारदा पैण जिहड़ा काला संगिया के खाते भी जुड़ता होया।
चल बई सुखे पा अगली कबड्डी। लो पहला एक सुखा खेल के गया, एक सुखा जाफी, एक सुखा बड़ैल, एक सुखा कोगेश्वर वाला। लो धम्मा भाजी 200 रुपया गुरताज सिंह ताजा, 200 रुपया मेरे मनजिंदर उलने वास्ते। लो उलना फिर कमाल करेगा। लो इधरे पास बड़ा चीड़ा जाफी। लो देखते हैं सुखा ते मनजिंदर उलना, पर इधरे पास आ सुखा एक अंक का होर वाधा करता है बल 9 के खाते। चल बई सतनाम सिंह का बेटा है घुद्दे का छोटा भीर अगली कबड्डी परविंदर सिंह पास होने अगली कबड्डी। पिपली पिंगा गलिया हासे महकण मेरे चारे पासे कदे ना आमण अखी अथरू वजन ढोल लगारे। सतनाम सिद्धवा रब अगे करा दवावा मेरे पंजाब नू तत्ती वारा मारे। साढ़े बहुत ही सत्कारयोग सुरिंदरजीत सिंह जी चट्ठा विशेष तौर पर मेरे सारे साथियों समेत पहुंचे ने, आपा धन्यवाद रखांगे। लो अगली कबड्डी मैदान दे विच मन्ना बल नौ वाला चार जाफी काला सिंघिया वाले। लो देख दिया की कमाल करते हैं। मंगी फिड नू तो लोग सलामा करते हैं। राणे बाई का अज भी लोग पानी भरते हैं। दुले मोहरे जाफी भाजी तुरते हैं। गांधी पंडित अगे किहड़ा खड़ता है अज खाड़िया दे विच परखे जाने जोर जवाना दे। मैं डौलिया उत्ते डॉक्टर साहब चलती देखी रेल जवाना दे। लो इधरले पासे पैण जिहड़ा है बल 9 की टीम के खाते भी जुड़ता है। सारे साढ़े पुलिस मुलाजमान का जिन्हें भी साढ़े अफसर सबान पहुंचे ने सारे सिक्योरिटी वीर का धन्यवाद आखांगे। लो अगली कबड्डी गुरताज सिंह ताजा उधरले पासे कुलजीते जी मामा जी मेरे सरदार प्यारा सिंह जी गुमटाला जी एस कलेर के बड़े गूढ़े मेरे वीर दोस्त ने। लो आप धन्यवाद करते हुए इधरले पासे अंबू बल 9 वाला कोशिश करता हुआ पर पैण जिहड़ा धावी के खाते भी जुड़ता है। चल भी सुने पा अगली कबड्डी सुखा इधर वालिया डाई स्टूडियो का आप धन्यवाद रखांगे। गुड्डू के नाल मेरी सुखविंदर सिंह नेकी और विशेष तौर पर उन्होंने छोटे वीर देवी भाजी यूएस तो पहुंचे ने, आप धन्यवाद रखें। गुड्डू सिद्धवा वाले भाई धन्यवाद। लो सुखे बालनों वाले की अगली कबड्डी चार जाफी काला सिंह वाले शिंदर लै भी जिंदर एक जफा तू भी ला आ देख दे भी जिंदर। पर इधरले पासे हुण कोच साहब साढ़े कुलदीप सिंह जी बिल्ला लो इशारा करते हुए भी डबल टाच का इशारा पैण जिहड़ा बल 9 की टीम के खाते भी जुड़ता है। अगलिया टीमां फाइनल दियां जल्दी ग्राउंड में पहुंचो मेरे ये भी फाइनल मुकाबला। उधर मनजिंदर सिंह जी मेरे भी विशेष तौर पर आप धन्यवाद आखांगे। लो अद्धा समा हो चुका है अद्धे समय से आप स्कोर दसांगे। लो बल 9 के पैण है 7 ते काला सिंह के 17.5 अद्धा समा हो चुका है। उधर मेरे वीरों पीड़े भाजी का आप धन्यवाद आखांगे विशेष तौर पर पहुंचे ने आप इस्तकबाल आखांगे। सरदार सुरजीत सिंह जी चट्ठा नॉर्थ इंडिया फेडरेशन के प्रधान ऐलान कर दे फाइनल दिया दोनों टीम। लो पाई पाई रेटा होर पा दियो जी बहुत वधिया मुकाबले होए है। साडा इंदर मोहन बलगन टीम नू 500 रुपये का मान भेज दिया और लखवीर चट्ठा गुरपाल सिंह जी पाली चट्ठा जो कि ढंडोवाल कबड्डी कप होया 13 फरवरी नू दर्शक वीर देखिया 45,000 के करीब दर्शक वीर ढंडोवाल पहुंचे। कलवान चट्ठा जी इतिहास गवाह हो गया अवतार चट्ठा जी और 1.5 लाख दर्शक वीर नैट के नाल जुड़े रहे। ये गल मीडिया ने की कबड्डी 365.com ने की। अज साडा पाली चट्ठे ने दोनों टीमों एक एक 1,000 रुपया भेजिया। साढ़े महेंद्र मौर के नाते दरबारा सिंह जी ने 1,100 रुपया कमेटी को मान भेजिया और साढ़े बहुत ही सत्कारयोग और खैरा साहब आस्ट्रेलिया वाले ने 500 रुपया मान भेजा उडने नू यह सत्कार दिता है। मैं बहुत बहुत धन्यवाद आखदा साढ़े सत्कारयोग इन्हां वीरां दा जिन्हां ने संदीप हुणां दा मान किया सत्कार किया है। संदीप की पाई हुई कबड्डी बहुत वधिया कबड्डी पै चुकी है खेडण मुड़िया खेड कबड्डी खेडो जोरा नाल कबड्डी। और कुसर साहब कैंची वजी है कुंडियां दे सिंह फसे के नित्रू बड़े में खानी कुंडियां दे सिंह फस गए नित्रू बड़े में खानी कुंडियां दे सिंह फस गए पा कबड्डी छेड़ा। लो बन लो सोखा अगली कबड्डी बल 9 दी धरती दा कबड्डी पा रहे है फाइनल दी दोनों टीमां जल्दी पहुंचदी खिचकरन
ਫਾਈਨਲ ਮੈਚ ਦੀਆਂ ਦੋਨੇ ਟੀਮਾਂ ਖੇਡ ਮੈਦਾਨ 'ਚ ਰਿਪੋਰਟ ਕਰਨਗੀਆਂ। ਲਓ ਮੰਨ ਲਾ ਫਿਰ ਇੱਕ ਜਫਾ ਨਾਲ ਹੀ ਸ਼ਿੰਦਰ, ਨਾਲ ਹੀ ਮੇਰੇ ਵੀਰੋ ਇਧਰੇ ਪਾਸੇ ਆਹ ਹੈ ਨੌਜਵਾਨ ਗੱਭਰੂ ਜਿੰਦਰ, ਲਓ ਕਮਾਲ ਕਰੇਗਾ ਛਾਤੀ ਗੇਟ ਲਾਹੌਰ ਕਹਿੰਦੇ ਭੀਮੇ ਪਿੰਦਰ ਦੀ ਪਕੜ ਬਥੇਰੀ ਦੇਖੀ ਮੈਂ ਖਾਨੋਵਾਲ ਦੇ ਜਿੰਦਰ ਦੀ। ਲਓ ਇਧਰੇ ਪਾਸੇ ਜਿੰਦਰ ਕੋਸ਼ਿਸ਼ ਕਰਦਾ ਹੋਇਆ ਪਰ ਪੈਣ ਜਿਹੜਾ ਬਲ ਨੌ ਦੀ ਟੀਮ ਦੇ ਖਾਤੇ ਵਿੱਚ। ਲਓ ਸਤਨਾਮ ਸਿੰਘ ਦਾ ਬੇਟਾ ਪਰਵਿੰਦਰ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ। ਲਓ ਦੇਖਦੇ ਕੀ ਕਮਾਲ ਕਰਦਾ, ਹਰੇਕ ਮਨੁੱਖ ਦੀ ਟੀਮ ਜਿੱਤਣ ਹੀ ਆਉਂਦੀ ਹੈ, ਕੋਈ ਨਾ ਛੇਤੀ ਹਾਰੇ, ਸਭ ਨੇ ਹਿੱਕ ਦਾ ਜ਼ੋਰ ਹਿਲਾਉਣਾ, ਵਰਲਡ ਕੱਪ ਵਿੱਚ ਦਿਖਾਉਂਦੇ ਤਾਰੇ ਘੱਟ ਨਹੀਂ ਉਹ ਪਾਕਿਸਤਾਨ ਦੇ ਖਿਡਾਰੀ, ਇਟਲੀ ਅਰਜਨਟੀਨਾ ਵਾਲੇ ਸੁੱਟੇ ਸੰਦੀਪ ਦੁੱਲਾ ਹੀ ਪਿਆਰ ਦਿੰਦੇ ਨੇ, ਗੁਰਵਿੰਦਰ ਕਾਲਮ ਅਤੇ ਸੁੱਖਾ ਫਲੋ ਬੰਦਾ ਫੜਕੇ ਪੈਂਦੇ ਉੱਤੇ। ਲਓ ਮੱਖਣ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਮੱਖਣ ਫਲੋ ਵਾਲਾ ਤੇ ਚਾਂਦ ਅਗਰਵਾਲ ਸਾਹਿਬ ਉੱਡਣੇ ਵਾਸਤੇ ਵੀ 250 ਰੁਪਈਆ ਤੇ ਤਾਜੇ ਵਾਸਤੇ ਵੀ 250 ਰੁਪਈਆ ਮਾਣ ਭੇਜਦੇ ਚਾਂਦ ਅਗਰਵਾਲ ਸਾਹਿਬ, ਮਾਣ ਭੇਜਦੇ ਆ ਡਾਕਟਰ ਸਾਹਿਬ ਅੱਜ ਲੈ ਕੇ ਜਾਓ ਉੱਡਣੇ ਦਾ 250 ਤੇ 250 ਰੁਪਈਆ ਜਿਹੜਾ ਤਾਜੇ ਦਾ। ਮਨਜੀਤ ਮਾਨ ਜੀ ਹੁਣਾਂ ਦਾ ਵੀ ਆਪਾਂ ਧੰਨਵਾਦ ਰੱਖਾਂਗੇ ਜਿਹੜਾ ਸਾਰੀ ਕਵਰੇਜ ਕਰਦੇ ਨੇ। ਲਓ ਆਖਰੀ ਪਰਾਂ ਦੇ ਮੁਕਾਬਲਾ, ਲਓ ਪਰਮਜੀਤ ਸਿੰਘ ਦਾ ਬੇਟਾ ਹੈ, ਲਓ ਇਹਦੇ ਪਾਸੇ ਸੰਦੀਪ ਕਾਲਾ ਸੰਘਿਆ ਵਾਲਾ, ਲਓ ਦੇਖਦੇ ਆ ਪੱਠਾ ਡੱਕਾ ਸਾਂਭ ਕੇ ਵਿਤਰਾ ਖਿੱਚ ਲਈ ਤਿਆਰੀ ਹੋਏ, ਪਿੰਡ ਕਾਲਾ ਸੰਘਿਆ ਵਿੱਚ ਲੱਗਣਾ ਮੇਲਾ ਪਾਰੀ ਹੋਏ, ਲਿਸ਼ਕਰੇ ਨੇ ਪਿੰਡੇ ਮਲਮਲ ਤੇਲ ਜਵਾਨਾਂ ਦੇ ਅੱਜ ਡੌਲਿਆਂ ਉੱਤੇ ਚੱਲਦੀ ਦੇਖੀ ਰੇਲ ਜਵਾਨਾਂ ਦੇ। ਸਤਨਾਮ ਸਾਡੇ ਵਿਚਕਾਰ ਕਮਲਜੀਤ ਪੱਪੂ ਪੱਪਾ ਸਰਪੰਚ ਬਨਵਾਲੀਪੁਰ ਵਾਲੇ ਪਹੁੰਚੇ ਹੈ, ਔਰ ਕੰਗ ਸਾਬੂ ਤੋਂ ਦਵਿੰਦਰ ਸਿੰਘ ਜੀ ਸਾਡੇ ਵੀਰ ਪਹੁੰਚੇ ਹੈ, ਬੰਸ ਆਪਣੇ ਆਪਣੇ ਵੀਰ ਦਾ ਬਹੁਤ ਬਹੁਤ ਧੰਨਵਾਦ ਰੱਖਦੇ, ਦਵਿੰਦਰ ਸਿੰਘ ਜੀ ਜੱਸਲ ਪੱਪਾ ਸਰਪੰਚ ਬਨਵਾਲੀਪੁਰ ਤੋਂ ਪਹੁੰਚੇ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਓਵਰ ਟੂ ਕਲੀ ਵਾਲਾ ਵੀਰ ਗੁਰਚੇਤਨ, ਇੱਕ ਮਿੰਟ ਕਲੀ ਵਾਲਾ ਵੀਰ ਕਲੀ ਪਾਵੇ ਖੇਡ ਮੈਦਾਨ ਚ, ਓਵਰ ਟੂ ਮੈਚ ਖੇਡ ਮੈਦਾਨ। ਲਓ ਮੇਰੇ ਵੀਰੋ ਕਲੀ ਵਾਲੇ ਵੀਰ ਨੂੰ ਬੇਨਤੀ ਕਰਦੇ ਆ ਵੀ ਕਲੀ ਪਾਦੇ, ਫਾਈਨਲ ਮੁਕਾਬਲਾ ਬੜਾ ਸ਼ਾਨਦਾਰ ਹੋਏਗਾ ਸਾਡੇ ਸੁਰਜੀਤ ਸਿੰਘ ਚੱਠਾ ਮੇਰੇ ਵੀਰੋ ਅੱਜ ਖੁਸ਼ ਨੇ ਨਾਰਥ ਇੰਡੀਆ ਫੈਡਰੇਸ਼ਨ ਦੇ ਪ੍ਰਧਾਨ। ਲਓ ਜਿਹੜੇ ਮੇਰੇ ਵੀਰੋ ਇਹਨਾਂ ਦੇ ਬੈਨਰ ਥੱਲੇ ਹਾਂ ਬਿਲਕੁਲ ਲਾਸਟ ਰੇਡਾਂ ਪੈ ਰਹੀਆਂ ਨੇ, ਦੋਨੇ ਟੀਮਾਂ ਫਾਈਨਲ ਦੀ ਮੈਂ ਬੇਨਤੀ ਕਰਾਂਗਾ ਜਲਦੀ ਗਰਾਉਂਡੀ ਪੰਚ ਦੀ ਖੇਚਲ ਕਰਨ। ਲਓ ਸਤਨਾਮ ਸਿੰਘ ਦਾ ਬੇਟਾ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ, ਲਓ ਲਾਸਟ ਕਬੱਡੀ ਮੱਖਣ ਦੀ ਮੇਰੇ ਵੀਰੋ ਪਾਸ ਹੋਣੇ ਅਗਲੀ ਕਬੱਡੀ ਦੇਖਦੇ ਹੈ, ਖੇਡ ਕਬੱਡੀ ਮੁੜ ਤੋਂ ਹੀ ਜਿੰਦੀ ਜਾਨ ਪੰਜਾਬੀਆਂ ਦੀ, ਵਿੱਚ ਵਿਦੇਸ਼ਾਂ ਕਰਦੀ ਉੱਚੀ ਸ਼ਾਨ ਪੰਜਾਬੀਆਂ ਦੀ, ਵਾਂਗ ਮਸਾਲਾ ਦੱਗਦੇ ਨੇ ਚਿਹਰੇ ਪਰਵਾਨਾਂ ਦੇ, ਅੱਜ ਪਰਖੇ ਜਾਣੇ ਮਿੱਤਰੋ ਮੈਦਾਨੇ ਜ਼ੋਰ ਜਵਾਨਾਂ ਦੇ। ਸੁਰਖਪ੍ਰੀਆ ਮੰਗੀ ਵੀ ਬਬਰ ਸ਼ੇਰ ਪਹੁੰਚਾ ਹੈ, 1992 ਦਾ ਮੇਰੇ ਵੀਰੋ ਕੈਨੇਡਾ ਕੱਪ ਦਾ ਬੈਸਟ, ਮੰਗੀ ਫਿੱਡੂ ਨੂੰ ਤਾਂ ਲੋਕੀ ਸਲਾਮਾ ਕਰਦੇ ਨੇ, ਰਾਣੇ ਮਾਈ ਦਾ ਅੱਜ ਵੀ ਲੋਕੀ ਪਾਣੀ ਭਰਦੇ ਨੇ। ਲਓ ਹੈਲੋ ਅਗਲਾ ਮੈਚ ਫਾਈਨਲ ਦਾ ਦੋਨੇ ਟੀਮਾਂ ਖੇਡ ਮੈਦਾਨ ਚ ਰਿਪੋਰਟ ਕਰਨਗੀਆਂ, ਸੰਗਰੂਰ ਕਲੱਬ ਜੋ ਕਿ ਲੋ ਮੇਰੇ ਵੀ ਬਲ ਨੌ ਦੇ ਸਕੋਰ ਵਾਲੀਆ ਡਾਈਚਰ ਸਟੇਡੀਓ। ਹੈਲੋ ਵਾਲੀਆ ਜੀ ਫਾਈਨਲ ਮੈਚ ਦੀ ਟੀਮ ਬੱਸੋਵਾਲ ਅਕੈਡਮੀ ਤੇ ਸੰਗਰੂਰ ਕਲੱਬ ਦੀ ਟੀਮ ਨੂੰ ਬੇਨਤੀ ਕਰਾਂਗੇ ਖੇਡ ਮੈਦਾਨ ਚ ਰਿਪੋਰਟ ਕਰਨ। ਹਾਂਜੀ ਆ ਜੋ ਮੁਕਾਬਲਾ ਹੋਇਆ, ਬਲ ਨੌ ਦੇ ਪੈਂਟ ਹੈਗੇ ਜੀ 18 ਸੋ ਕਾਲਾ ਸਿੰਘਿਆਂ ਦੇ 22.5 ਪੈਂਟ 22 ਦੇ ਨਾਲ, ਸੋ ਕਾਲਾ ਸਿੰਘ ਦੀ ਟੀਮ ਜਿਹੜੀ ਜੇਤੂ ਰਹੀ ਹੈ, ਬਹੁਤ ਬਹੁਤ ਧੰਨਵਾਦ। ਬੱਸੋਵਾਲ ਦੀ ਟੀਮ ਖੇਡ ਮੈਦਾਨ ਚ ਪਹੁੰਚ ਚੁੱਕੀ ਹੈ, ਸੰਗਰੂਰ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਖੇਡ ਮੈਦਾਨ ਚ ਰਿਪੋਰਟ ਕਰਨ। ਹਾਂਜੀ ਮਨਜਿੰਦਰ ਉੜਨਾ ਬੈਸਟ, ਜਾਫੀ ਤੇ ਸੰਦੀਪ ਕਾਲੂ ਮੇਰੇ ਵੀਰੋ ਬੈਸਟ ਹੈ, ਤਾੜੀਆਂ ਮਾਰ ਦੋ ਜ਼ੋਰਦਾਰ ਮੇਰੇ ਵੀਰੋ, ਬਹੁਤ ਬਹੁਤ ਧੰਨਵਾਦ। ਅਗਲੇ ਜਿਹੜੇ ਮੁਕਾਬਲੇ ਹੋਣਗੇ ਮੇਰੇ ਵੀਰੋ ਬਾਕੀ ਸਾਰੇ ਬਾਹਰ ਆ ਜਾਓ, ਕਿਉਂਕਿ ਟੀਮਾਂ ਦੇ ਖਿਡਾਰੀ ਖੇਡ ਮੈਦਾਨ ਚ ਰਹਿਣਗੇ, ਬਾਕੀ ਸਾਰੇ ਬਾਹਰ ਆ ਜਾਓ। ਸੰਦੀਪ ਕਾਲੂ ਬੈਸਟ ਰੇਡਰ ਨਿਕਲਿਆ ਤੇ ਉੱਡਣਾ ਬੈਸਟ ਜਾਫੀ ਹੈ ਇਸ ਓਪਨ ਦੇ ਮੈਚ ਚ। ਸਪਰੇ ਵਾਲੇ ਵੀਰ ਨੂੰ ਬੇਨਤੀ ਕਰਦੇ ਹਾਂ ਖੇਡ ਮੈਦਾਨ ਚ ਸਪਰੇ ਭੇਜੇ, ਜੋ ਕਿ ਆਖਰੀ ਮੈਚ ਹੈ। ਮੈਂ ਜਨਾਬ ਰਵਿੰਦਰ ਕੁਸ਼ਲ ਜੀ ਨੂੰ ਬੇਨਤੀ ਕਰਨ ਜਾ ਰਹੇ ਹਾਂ, ਮੈਕ ਤੇ ਕਮੈਂਟਰੀ ਮੈਕ ਤੇ ਕਬੱਡੀਆਂ ਪਾਉਣਗੇ ਜਨਾਬ ਰਵਿੰਦਰ ਕੁਸ਼ਲ ਜੀ। ਸੰਗਰੂਰ ਦੀ ਟੀਮ, ਸੰਗਰੂਰ ਦੀ ਟੀਮ ਖੇਡ ਮੈਦਾਨ ਚ ਰਿਪੋਰਟ ਕਰੇ, ਸੰਗਰੂਰ ਤੇ ਬੱਸੋਵਾਲ ਦਾ ਮੁਕਾਬਲਾ ਮੈਕ ਤੇ ਕੁਸ਼ਲ ਸਾਹਿਬ। ਧੰਨਵਾਦ ਕਲੀਅਰ। ਕਾਲਾ ਸੰਘਿਆਂ ਦਾ ਮੈਦਾਨ ਇਸ ਵੇਲੇ ਭਖਿਆ ਪਿਆ, ਦਰਸ਼ਕ ਵੀ ਬੜੇ ਉਤਾਵਲੇ ਵੀ ਫਾਈਨਲ ਮੈਚ ਦੇ ਵਿੱਚ ਟੀਮਾਂ ਬੱਸੋਵਾਲ ਤੇ ਸੰਗਰੂਰ ਦੀਆਂ ਟੀਮਾਂ ਦੇ ਦਰਮਿਆਨ ਮੈਚ ਵੇਖਣਾ ਹੈ। ਵਿਆਹ ਕੁੜਮਾਚਾਰੀ ਦੇ ਨਾਲ ਪਿਆਰ ਸਤਿਕਾਰ ਵੰਡਾਉਂਦੇ ਹੋਏ ਵਿਆਹ ਅਟੈਂਡ ਕਰਕੇ ਸਾਡੇ ਵੀਰ ਚੱਠਾ ਬ੍ਰਦਰਸ ਪਹੁੰਚ ਚੁੱਕੇ ਹਨ।
साडे स्वर्गीय जथेदार करनैल सिंह जी दे लखते जिगर अवतार सिंह जी चट्ठा सुरिंदरजीत सिंह चट्ठा प्रधान टंडोवाल वेलफेयर ऑर्गेनाइजेशन कुलवंत चट्ठा लखवीर चट्ठा ते मेरा बहुत ही परम मित्र मेरा बहुत प्यारा वीर गुरपाल सिंह जी पाली चट्ठा टंडोवालिया 13 फरवरी का दिन इतिहासक दिन हो गया। नॉर्थ इंडिया कबड्डी फेडरेशन दे बड़े गड़वे मैच होए मोटरसाइकलों के नाल बेस्ट धावी का बेस्ट टॉपर का माण पौने 2 लाख दी कबड्डिया घट्टो घट पौने 2 लाख रुपया ही खिडारियों के उपर एक एक रेड एक एक जफ्फे का लगा आनंद आ गया जवानों। अज इतने काला संघिया के खेड मेले से भी कंदोला साहब गुमटाला साहब ओह ही आनंद आएगा जो आया 13 तरीक न टंडोवाल। हरभजन सिंह जी आस्ट्रेलिया खैरा माण है सानू मनोहर सिंह जी खैरा बिल्लू खैरा मेरे बड़े परम मित्र टोरंटो तो वह भी पहुंचे हैं स्वागत है और साढ़े सत्कारयोग धारीवाल साहब सरदार दरबारा सिंह जी उन्होंने लखते जिगर जो कि साढ़े स्लो कबड्डी क्लब का खजाना मंत्री भी है उन्हों का भी सत्कार बहादुर शेर गिल जी बहुत सारा प्यार अवतार सिंह जी गिल मंगी बहुत तगड़ा धावी इस वेले मैनू नज़र आ गया। सन 1991 की गल करिए जो टोरंटो की सर जमीन के उपर पहला वर्ल्ड कबड्डी कप होया और मंगी ने झड़ी ला दी रेडा की अज गुआ है इस गल का तोची काला संघिया का गल्लां हुंदियां ने जदों खिडारियों के नाल इतिहास बनते हैं लेकिन दुख भी हुंदा जिस वेले क्योंकि हुण साडा परमजीत सिंह जी पम्मी कली कली खिडारी का एक कला कला रेखा चित्र बनाउंदा है भी किन्नियां कबड्डियां पईआं किन्निए जफ्फे लगे क्यों जी गोपाल सिंह जी उदों कोई रिकॉर्ड नहीं सी हुंदा। कहिंदे आ जो बलविंदर फिडे दे जबानी है भई मंगी ने बहुत तगड़ियां कबड्डियां पईआं बहुत खूबसूरत कबड्डियां पाईया मंगी ने 91 दे विच 78 कबड्डियां सुरखपुरीए मंगी ने पाईया फिडे ने आंदे 72 कबड्डियां पाईया 3 जफ्फे लगे फिडे नू 78 कबड्डियां च कहिंदे मंगी नू कोई जफ्फा नहीं भर सकिया वर्ल्ड कप का इतिहास तुहाडे सामने ते बिल्ला पिंडर फरीदकोटिया 58 कबड्डियां पाईया 11 जफ्फे खा गया लेकिन अफसोस दर अफसोस ये कोई रिकॉर्ड कबड्डी का नहीं ते जाफी बेस्ट धावी का खिताब बिल्ले पिंडर के खाते लिखा गया अज भी किताबों के लिखा गया है मंगी गिला करता है। इहदा कोचर साहब साडे सुरजन सिंह जी चट्ठे ने जो एक नवी रूल बुक बना दिती है इतिहास है साडे पंजाब दी मार्केट कबड्डी का जेडे हर मैच के परमजीत सिंह की ड्यूटी लाई है भी तू कले कले खिडारी कबड्डियां लिखनी है जफ्फे लिखने हैं ता जो खिडारी कल कोई लांभा ना दे भी मैं वध कबड्डियां पाईया सी दूजा खिडारी धावी बन गया। परमजीत सिंह बागड़िया धन्यवाद तेरा बहुत सारा कि तू खिडारियों नूं इंसाफ देने वास्ते चट्ठा साहब के सदे से हर साल आना है तेरा बहुत सारा धन्यवाद ते चट्ठा साहब बागड़िया कहिंदा धन्नवाद चट्ठा साहब दा प्रधान साहब दा जिन्हां ने मौका दिता मैनू अज प्यार सत्कार दे नाल आओ हुण फाइनल टीमां मैदान दे विच फाइनल टीमां आंदे किन्ने किन्ने डंड मारे किन्ने किन्ने बैठकां किन्ने किन्ने खाधियां ने घिओ नाल चूरियां किते आ पट्टां दे उत्ते मोर अज पहलां पाऊ शेर पाऊ मोढ़िआं ते किते अज भूरियां वधिया खिडारी दा खिताब किहदी झोली पैणा है आसा अज होणगियां किस दियां पूरियां ओ खैरियां दा जिंदू कहिंदा अज पता लगना जो केड़ा केड़ा चुंगदा रिहाए मजां बूरियां केड़ा केड़ा चुंगदा रिहाए मजां बूरियां। आगे भी खिडारी दोने टीमां नूं बेनती है भाई चट्ठा साहब वल्लों मैदान दे विच खड़े ने भी आओ हनेरा पैंदा जांदा जवानो पौने 2 लाख दी कबड्डी पैणी है जसबीर घुग्गी इतिहास 26 साल कबड्डी खेडिया जवानो 26 साल बहुत लंबी कबड्डी खेडिया जसबीर घुग्गी काला संघिया का अज माण है सानू काला संघिया की धरती से तोची जवारा राकेश पंडित पप्पू अमरजीत संघा बहुत तगड़ी कबड्डी खेडी है अज माण आ गया गग्गी आ गया कुलजीता बहुत वड्डा हरपाल पंडोरी वाला मैदान दे विच बब्बर शेर आ गए जवानों मैदान फब जांदे आ आंदे मंजिल तक कदे ना पहुंचण बिन गुरुआं तो चेले गबरुआं बाज मैदान नहीं फबदे ते दर्शकां बाज ना मिले। मैं बेनती करांगा
जोगा जी स्प्रे लैके मैदान मैंबर पंचायत जोगा जी आओ मैदान स्प्रे लैके खिडारियों वास्ते करिए सेवा खिडारियों सन 1992 फिर जवानों इतिहास दोहराया मंगी सुरखपुरिए ने 82 कबड्डियां पा के सिर्फ एक जफा खादा और बेस्ट धावी का खिताब मिलिया मंगी लो जी सुखी बराड साडे सैकटरी जनरल वालों दोनों टीमों एक खास हदायत चेतावनी कौशन के जेड़ा खिडारी दो रेडा पावेगा लगातार ओदियां रेडा भी कैंसल होणगियां ते नाल अगेंस्ट नंबर भी होगा एक रेड पवेगी सिर्फ कली रेड लो जो कि ना जे गलती ना दूजी भी पाउंदा रेड मिस भी करांगे अगेंस्ट पॉइंट भी जड़ा है उहदे दूसरी टीम के खाते दे विच होवेगा बहुत वधिया धन्नवाद ये नवे रूल साडे परमजीत सिंह जी पलथ और कुलबीर सिंह जी बिजली नंगल ये रैफरी गोपाल सिंह जी प्रोफेसर गोपाल सिंह जी डीएवी कॉलेज मगदे नचदे टपदे मैदान दे विच ये पंजाब दी मां खेड कबड्डी दे बब्बर शेर और वड्डा प्यार सत्कार आओ हुण कबड्डियां पाईए जवानों हुण साबी बल्ले ओ तेरे जोगिया मैंबर पंचायत नहीं रिसा तेरिया हेलो बलजीत गड्डा मैं तेरा नाम अनाउंस करदा सुनी एफ स्पोर्ट संगरूर ते बच्छोवाल दीआं टीमां मैदान दे विच गड़वा मुकाबला टिंडा सखणियां वेख के होश आया टिंडा सखणियां वेख के होश आया एवें खूह ख्यालां दा गेट दे रहे सिर ते बणी भारी ते कोई ना कम आया असीं अपने पराए नखेड़ दे रहे ओ पांबड़ा है कोई मक्खियां दा जुल्फां समझ जिन्हां नूं छेड़ दे रहे वारे शामियां हिम्मत वेख साडी ओ डंगदियां रहियां असीं खेड़दे रहे ओ डंगदियां रहियां असीं खेड़दे रहे क्या समां पै गईआं पंछी भी घरां नूं तैयारियां करदे ने लेकिन आफरीन इन्हां बब्बर शेरां दे जिहड़े सवेर तो लग के शाम तक लगातार कबड्डी दे मैच दिखा रहे हन तुहानूं ते दर्शक वीरो साडा भी फर्ज बनदा है इन्हां खिडारियां दा प्यार माण सत्कार करिए और कबड्डी दे इन्हां बब्बर शेरां लई जोरदार ताड़ियां दे नाल स्वागत करिए मार दिओ ताड़ियां जोरदार मार दिओ ताड़ियां ताड़ियां मारन तों संगदी है दुनिया कोई टिकट नहीं पौने 2 लाख की कबड्डी है पहली कबड्डी इस वेले मैदान पैगी खूबसूरत अंदाज दे नाल बच्छोवाल दा बहुत ही वड्डा बब्बर शेर ज्योति विदेशे ने कबड्डी पाई है आह बल्ले तेरे लेकिन नहीं रीसा तेरिया खटालिया जवानो टालिया हंधिया के उपर आके खिच के हिक दे नाल ला लिया खिच के थलों कैंची ते सिकंजा लग गया जवानो आई जान सिकंजे अंदर ज्यो वेलन विच गन्ना रो नू हुण आख मुहम्मद जे रहे ता मन्ना जे रहे ता मन्ना हेलो ओपन दा जिहड़ा मैच होया जिहदे विच काला सिंह जेतू रही आ ते ओह स्टेज तों आ के अपना प्राइज लै जाण हेलो जीता मस्तिया बब्बू जिथे मेरी आवाज सुनदे हो हेलो ओपन दे मैच होए आ जिहड़े जिहड़ा काला सिंह टीम जेतू रही हैगी आ के अपना प्राइज लै जाण स्टेज तों आ के मल कुलजीता काला संघिया फाइनल मैच थे तवार ना जोगी जाने रुतमा ना कोई जा करता सृष्टि को साजे आपे जाने सोई बहुत बड़ा मैच और नंबर कुलजीता मलसिया दा सुरेंद्र सिंह हरिंदर सिंह की कबड्डी पई है जवानों हरिंदर सिंह इस वेले मंगी नूं छेड़िया जवानों मंगी बगे पिंड नूं जिहड़ा वर्ल्ड कप दा बेस्ट टॉपर बनिया 44 वार लगा 25 जफे लाए यह है दीपा बल नौ वाला कबड्डी दीपा बल नौ चौखट मल्ली तेरी बन गई गल मेरी वरना मेरी सी कादी औकात दाता जे तू ना करदा रहन जमीन उत्ते तां किन्ने पुछणी सी मेरी दात बाबा ਇਹ ਦਾਤ ਇਹ ਉਸ ਅਕਾਲ ਪੁਰਖ ਦੀ ਖਿਡਾਰੀਆਂ ਦੇ ਨਾਲ ਨਾਲ ਪਾਓ ਕਬੱਡੀ ਬੱਬਰ ਸ਼ੇਰਾ ਇਹ ਅਕਾਲਾ ਸੰਘਿਆਂ ਦੀ ਧਰਤੀ ਦਾ ਬੱਬਰ ਸ਼ੇਰ ਕਬੱਡੀ ਪਾਉਣ ਚੱਲਿਆ ਸੰਦੀਪ ਦੀ ਕਬੱਡੀ ਪਈ ਹੈ ਜਵਾਨੋ
संदीप काला संघिया का आओ चढ़ चढ़ के कबड्डिया पाउंदा है काला मेहड़ू दे नाल टक्कर होई है संदीप ते काला मेहड़ू 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 आहा मारिया ला के नौजवान ने मेकान दास बाबे दा आशीर्वाद है और कबड्डी खेडनी है जवानों जोर दे नाल जोरा नाल खेडन कबड्डी मुंडे पुत सरदारा दे ए है खीरा वाली दा बहुत ही वधिया गग्गी खीरा वाली मैदान दे विच इस वेले बहुत वधिया वर्ल्ड कप दा 13 कबड्डियां पा के इतिहास रचण वाला ए बहुत ही वधिया खिडारी गग्गी खीरा वाली माण है सानू बहादुर शेरगिल मिंदर मौड़ दे नाल बतौर सैकटरी वड़ा प्यार पंजाब यूनाइटेड वुल्वरहैम्पटन दे रणजीत टंडा प्रधान अज माण है सानू यह मंगी पक्का बहुत वधिया कलावे दे विच लै के कोई मौका नहीं ते मंगी ने खिंच लिया पहला पहलवानी की है उस्ताद धारिया रुस्तमे हिंद मेहरदीन नू ते उस तो बाद कबड्डी वाल लगा ते कबड्डी दा रुस्तम बन गया हर कोई नहीं रुस्तम अखवा सकता बंदे आउंदे बेगिनत जहान दे विच रिशपाल पंडोरी पाला पंडोरी बहुत वधिया कबड्डी खूबसूरत अंदाज और कबड्डी का पाला पंडोरी मैदान खूबसूरत कबड्डी पाउंदा होया ना दौलत पे नाज करता हूं ना शौहरत पे नाज करता हूं ऐ मालिक गुनेगार हूं तेरा तेरी रहमत पे नाज करता हूं तेरी रहमत पे नाज करता हूं ऐ मालिक गुनेगार हूं तेरा तेरी रहमत पे नाज करता हेलो कुशत साहब हाँ जी असी ओपन का पहला नाम काला संघिया दे रहे हैं साडे प्रधान साहब जसवीर घुग्गी जी और साडे डॉक्टर हनी जी देव साडा खजाना मंत्री नाल हकीकत सिंह हकीकी और साडा दीपा काला संघिया वाला ओवर टू मैं कुशत साहब लिखिया कर्मा का कोई खो नहीं सकता समय तो पहला कुछ हो नहीं सकता समा समा समर्थ कुलजीता मलसिया का इस वे कबड्डी पाउंदा है बहुत वधिया बहुत खूबसूरत अंदाज दे नाल कुलजीता मलसिया नू कौन टकेगा जवानों इस वेले साबी खानपुर नड्डियां दा जफा भरिया लेकिन डबल टच दा इशारा परमजीत सिंह पम्मी वल नंबर कुलजीते मलसिया दा बहुत वधिया बहुत खूबसूरत अंदाज दे नाल ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜਾਂ ਉਹ ਬੁਲਬਲਾਂ ਥੱਕ ਮਰਿੰਦੀਆਂ ਨੇ ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂ ਜੋ ਪੀਂਦੀਆਂ ਨੇ ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂ ਜੋ ਪੀਂਦੀਆਂ ਨੇ ਬਲ ਨੌ ਦੀ ਟੀਮ ਓਪਨ ਓਪਨ ਚ ਬਲ ਨੌ ਦੀ ਟੀਮ ਆਪਣਾ ਮਾਨ ਸਨਮਾਨ ਸਟੇਜ ਦੇ ਮੁੰਡੇ ਅੱਗੇ ਲੈ ਕੇ ਜਾਣ ਉਹ ਬਲ ਨੌ ਵਾਲੇ ਆ ਜਾਓ ਵੀ ਉਹ ਬਟਵੇਂ ਕੋਸ਼ਿਸ਼ ਸਾਹਿਬ ਉਧਰ ਨਾਲ ਦੀ ਨਾਲ ਸਾਡੇ ਭਾਰਤ ਦੀਆਂ ਟੀਮਾਂ ਦਾ ਮਾਣ ਸਨਮਾਨ ਵੀ ਕਰਦੇ ਹੋਏ ਸਾਡੇ ਸਤਿਕਾਰਯੋਗ ਜਸਵੀਰ ਘੁੱਗੀ ਜੀ ਇੱਧਰ ਬਹੁਤ ਵਧੀਆ ਮੁਕਾਬਲਾ ਫਾਈਨਲ ਪੌਣੇ 2 ਲੱਖ ਦੀਆਂ ਕਬੱਡੀਆਂ ਤੇ ਮੈਂ ਧੰਨਵਾਦੀ ਹਾਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਕਬੱਡੀ ਕੱਪ ਦੇ ਵਿੱਚ ਪਹਿਲਾ ਤੇ ਦੂਸਰਾ ਇਨਾਮ ਸਪਾਂਸਰ ਕੀਤਾ ਇਹ ਦੇਵ ਸਾਡਾ ਖਜ਼ਾਨਾ ਮੰਤਰੀ ਸਟੇਜ ਦੇ ਮੋਹਰੇ ਆਵੇ ਜੀ ਅਸੀਂ ਮਾਇਆ ਦੇਣੀ ਆ ਖਿਡਾਰੀਆਂ ਨੂੰ ਦੇਵ ਖਜ਼ਾਨਾ ਮੰਤਰੀ ਕਾਲਾ ਸੰਘਿਆ ਵਾਲੇ ਆਓ ਜੀ ਦੇਵ ਜੀ ਖਜ਼ਾਨਾ ਹੁਣ ਢਿੱਲਾ ਕਰ ਲਓ ਹਾਂਜੀ ਕੁਸ਼ਲ ਸਾਹਿਬ ਢਿੱਲਾ ਦੇ ਕਰਨਗੇ ਉੱਧਰ ਵੇਖ ਕੀ ਬਣ ਰਿਹਾ ਢਿੱਲਾ ਤੇ ਅੱਜ ਸਾਰੀਆਂ ਚੂਲਾਂ ਹੋ ਜਾਣਗੀਆਂ ਅੱਜ ਤੇ ਸਾਰਾ ਮੰਜਾ ਹੀ ਢਿੱਲਾ ਹੋ ਗਿਆ ਜਵਾਨਾ ਅੱਜ ਤੇ ਇੱਧਰ ਮੰਜਾ ਹੀ ਢਿੱਲਾ ਹੋ ਗਿਆ ਮੰਜਾ ਜਰਾ ਕੱਸ ਕੇ ਬੁਣੀ ਆਹ ਦੋ ਬੰਦਿਆਂ ਨੇ ਪੈਣਾ ਬੱਲੇ 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 ਆਓ ਵੇਖ ਉਧਰ ਗੱਗੀ ਖੀਰਾਂ ਵਾਲੀ ਦਾ ਵੇਖ ਉਧਰ ਧਰਤੀ ਤੱਕ ਵਰਲਡ ਦਾ ਬੈਸਟ ਧਾਵੀ ਇਸ ਵੇਲੇ ਦੁਨੀਆਂ ਦੇ ਵਿੱਚ ਨਾਂ ਹੈ ਪੁੱਠੀਆਂ ਪੈਂਦੀਆਂ ਜਵਾਨੋ ਲੇਕਿਨ ਨਹੀਂ ਗੱਗੀ ਖੀਰਾਂ ਵਾਲੇ ਨੂੰ ਫੜਨਾ ਸੌਖਾ ਨਹੀਂ ਕੁਸ਼ਤ ਸਾਹਿਬ ਸਾਡੇ ਵਿਚਕਾਰ ਸਰਦਾਰ ਅਮਰਜੀਤ ਸਿੰਘ ਸੰਘਾ ਬਲਜੀਤ ਸੰਘਾ ਸਾਹਿਬ ਅਮਰਜੀਤ ਸਿੰਘ ਨਿੱਜਰ ਸਾਹਿਬ ਪਹੁੰਚੇ ਹੈ ਔਰ ਸਾਡੇ ਮਨਜੀਤ ਮਾਨ ਜੀ ਪਹੁੰਚੇ ਪੱਤਰਕਾਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰੱਖਦੇ ਹਾਂ ਮੀਡੀਆ ਦਾ ਓਵਰ ਟੂ ਮੈਂ ਕੁਸ਼ਤ ਸਾਹਿਬ ਧੰਨਵਾਦ ਅਜਮੇਰ ਸਿੰਘ ਜੀ ਬੱਬੀ USA 1 ਲੱਖ ਰੁਪਏ ਦਾ ਪਹਿਲਾ ਇਨਾਮ ਅਮਰਜੀਤ ਸਿੰਘ ਜੀ ਪੱਪੂ USA 75,000 ਰੁਪਏ ਦਾ ਦੂਸਰਾ ਇਨਾਮ ਜੀਤਾ ਨਿਊਜ਼ੀਲੈਂਡ ਵਾਲਾ ਦੀਪਾ ਨਿਊਜ਼ੀਲੈਂਡ ਕਿਹਦੇ ਵਾਸਤੇ ਬਿੱਟੂ ਭਾਜੀ ਪਹੁੰਚੇ ਆ ਕਾਲਾ ਸੰਘਿਆ ਤੋਂ
और उगी चिट्ठी तो असि उन्हों का बहुत बहुत धन्यवाद रखते हैं बिट्टू वीर वैनकूवर वाले ने ओवर टू मैको सर साहब ਕਲੇਅਰ ਸਾਹਿਬ ਫਾਈਨਲ ਮੈਚ ਆ ਕਮੈਂਟਰੀ ਕਰ ਲਈ ਅਸੀਂ ਜੇ ਤੁਹਾਡੀ ਇਜਾਜ਼ਤ ਹੈ ਤਾਂ ਕਰੋ ਜੀ ਕਰੋ ਕਰੋ ਮਾਨ ਸਨਮਾਨ ਬੰਦ ਕਰ ਪਿਆਰੇ ਪੁੱਛ ਲਈਏ ਨਹੀਂ ਤਾਂ ਬੰਦ ਕਰਤਾ ਜੀ ਮਾਨ ਸਨਮਾਨ ਆਪਾਂ ਧੰਨਵਾਦ ਫਾਈਨਲ ਮੈਚ ਦੀ ਸੋ ਮੈਂ ਬੇਨਤੀ ਕਰਾਂਗਾ ਪੌਣੇ 2 ਲੱਖ ਦੀ ਕਬੱਡੀ ਪੈ ਰਹੀ ਹੈ ਕਲੇਅਰ ਹੈ ਨੰਨਾ ਦੀ ਕਬੱਡੀ ਹੈ ਬਹੁਤ ਵਧੀਆ ਦੇਖੋ ਜਫਾ ਕੌਣ ਭਰਦਾ ਜਵਾਨੋ ਇਹਨੂੰ ਉਧਰ ਸਾਹਮਣੇ ਨਾਰਵੇ ਤੋਂ ਟੈਲੀਫੋਨ ਆ ਰਹੇ ਨੇ ਸ਼ਾਮ ਲਾਲ ਜੀ ਨਾਰਵੇ ਵਾਲੇ ਟੈਲੀਫੋਨ ਤੇ ਪੁੱਛਦੇ ਨੇ ਕਾਲਾ ਸੰਘਿਆਂ ਦੇ ਕਬੱਡੀ ਕੱਪ ਔਰ ਸ਼ਾਰਟ ਬ੍ਰੇਕ ਸਮਾਂ ਪਾਣੀ ਦਾ ਹੁਣ ਮੈਂ ਮਾਈਕ ਦਿਆਂਗਾ ਕਲੀਅਰ ਨੂੰ ਲੈਂਬਰ ਸਿੰਘ ਜੀ ਸਰਪੰਚ ਕਾਲਾ ਸੰਘਿਆਂ ਦੇ ਸੰਦੀਪ ਨੂੰ 5 ਕਿਲੋ ਦੇਸੀ ਘਿਓ ਦਾ ਪਿਆਰ ਸਤਿਕਾਰ ਭੇਜਦੇ ਨੇ ਸੰਦੀਪ 5 ਕਿਲੋ ਦੇਸੀ ਘਿਓ ਸਰਪੰਚ ਸਾਹਿਬ ਵੱਡਾ ਪਿਆਰ ਵੱਡਾ ਮਾਣ ਭਲਵਾਨੀ ਫਕੀਰੀ ਕਿਹਾ ਸੱਚ ਸਿਆਣਿਆਂ ਨੇ ਭਲਵਾਨ ਸਾਧ ਵਿੱਚ ਫਰਕ ਨਾ ਕਾਈ ਲੋਕੋ ਸਾਧ ਤੜਕੇ ਉੱਠ ਕੇ ਕਰੇ ਪਾਠ ਪੂਜਾ ਭਗਵਾਨ ਭਲਵਾਨ ਗਰਾਉਂਡਾਂ ਵਿੱਚ ਦੌੜ ਲਗਾਉਣ ਲੋਕੋ ਸਾਧ ਸ਼ਾਮਾਂ ਨੂੰ ਨਿਤ ਰਹਿ ਰਾਸ ਪੜਦਾ ਤੇ ਭਲਵਾਨਾ ਅਖਾੜਿਆਂ ਵਿੱਚ ਤੂਰ ਤਮਾਈ ਲੋਕੋ ਦੋਵੇਂ ਆਖ ਦੇ ਮਾ ਦੋਵੇਂ ਖਾਂਦੇ ਮਾਰ ਲੰਗੋਟਿਆਂ ਤੋਂ ਜਿਹੜਾ ਬਚ ਗਿਆ ਉਹਦੀ ਚੜਾਈ ਲੋਕੋ ਜਿਹੜਾ ਬਚ ਗਿਆ ਉਹਦੀ ਚੜਾਈ ਲੋਕੋ ਤੇ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਕੁਲਜੀਤ ਅਮਲਸੀਆਂ ਦਾ ਅਸੀਂ ਪੁੱਤ ਪੋਤੇ ਪੜਪੋਤੇ ਹਾਂ ਅਣਖੀਆਂ ਦੇ ਦੁਨੀਆਂ ਵਿੱਚ ਐਸੀ ਰੋਬ ਦਾਬ ਸਾਡਾ ਸਾਡੀ ਟਾਂਗ ਸੁਣ ਕੇ ਆਮਦ ਕੰਮਦਾ ਸੀ ਹੈ ਸੀ ਸ਼ੇਰੇ ਪੰਜਾਬ ਖਿਤਾਬ ਸਾਡਾ ਪਹਿਲਵਾਨ ਕੁਲਜੀਤ ਅਮਲਸੀਆਂ ਦਾ ਨੰਬਰ ਲੈ ਕੇ ਕਰਨ ਨੂੰ ਪਾਓ ਕਾਲਜ ਸੰਘੇ ਵਾਲਿਆ ਬੱਬਰ ਸ਼ੇਰਾ ਕਬੱਡੀ ਸਰਪੰਚ ਸਾਹਿਬ ਨੇ 5 ਕਿਲੋ ਦੇਸੀ ਘਿਓ ਕਹਿੰਦੇ ਆ ਦੇਣਾ ਮੁੰਡੇ ਨੂੰ ਹੋ ਮੰਗੀ ਨੂੰ ਹੱਥ ਲੱਗਾ ਮੰਗੀ ਨੂੰ ਹੱਥ ਵੇਖੋ ਸਾਹਮਣੇ ਇਹ ਹੈ ਦਲੇਰੀ ਦਲੇਰੀ ਆਈਏ ਕੈਂਚੀਆਂ ਕਿਆ ਖਾਕ ਰੋਕੇਗੀ ਹਮੇ ਪਰ ਫੈਲਾਨੇ ਸੇ ਹਮ ਪਰੋਂ ਸੇ ਨਹੀਂ ਹੌਸਲੋਂ ਸੇ ਉੜਾ ਕਰਤੇ ਹੈ ਹਮ ਪਰੋਂ ਸੇ ਨਹੀਂ ਹੌਸਲੋਂ ਸੇ ਉੜਾ ਕਰਤੇ ਹੈ ਸਪਰੇਅ ਚਾਹੀਦੀ ਹੈ ਜੋਗਾ ਸਿੰਘ ਮੈਂਬਰ ਪੰਚਾਇਤ ਸਪਰੇਅ ਹਾਂਜੀ ਕਬੱਡੀ ਦੀਪਾ ਬਲ ਲਓ ਦਿਓ ਜੀ ਮੁੰਡਿਆਂ ਨੂੰ ਬੱਲੇ ਉਹ ਤੇਰੇ ਜਵਾਨਾਂ ਪੰਜਾਬੀ ਆਪਣੀ ਬੀਟੀ ਵੜਦੇ ਨੇ ਨਿਰਭਰ ਨਹੀਂ ਹਨ ਹੋਰਾਂ ਤੇ ਪਹਿਲਾਂ ਹਾਕੀ ਪੈਦਾ ਕੀਤੀ ਸੀ ਜੋ ਜਿੱਤੀ ਆਪਣੇ ਜੋਰਾਂ ਤੇ ਹੁਣ ਕਬੱਡੀ ਵੱਲ ਨੂੰ ਹੋ ਗਏ ਆ ਜਿਹਦੀ ਚਰਚਾ ਅੱਜ ਕੱਲ੍ਹ ਸ਼ੋਰਾਂ ਤੇ ਜਿਹੜੀ ਓਲੰਪਿਕ ਵੱਲ ਨੂੰ ਵੱਧ ਰਹੀ ਏ ਸਦਕੇ ਜਾਵਾਂ ਮੈਂ ਇਹਦੀਆਂ ਤੋਰਾਂ ਤੇ ਸਦਕੇ ਜਾਵਾਂ ਮੈਂ ਇਹਦੀਆਂ ਤੋਰਾਂ ਤੇ ਕਰਮਜੀਤ ਪਤਾਰਾ ਹਾਂ ਕਰਮਜੀਤ ਪਤਾਰਾ ਕਰਮਜੀਤ ਪਤਾਰਾ ਅੱਗੋ ਹਰ ਜੋ ਜਵਾਨੋ ਜੱਸਿਆ ਸੁਖਿਆ ਅੱਗੋ ਹਰ ਜੋ ਜਵਾਨੋ ਇਹਦੀਆਂ ਤੋਰਾਂ ਤੇ ਇਹਨੂੰ ਦੜਾਵਾਂਗੇ ਜਿਹੜੀ ਓਲੰਪਿਕ ਵੱਲ ਨੂੰ ਵੱਧ ਗਈ ਏ ਪ੍ਰੋਫੈਸਰ ਸਾਹਿਬ ਪਹਿਲਾਂ ਗੱਬੀ ਗੱਗੀ ਜੱਫਾ ਲਾਵੇ ਕੋਈ ਫੇਰ ਦੌੜ ਵੇਖਿਓ ਮੁੰਡਿਓ ਖੇਡ ਵੇਖਿਓ ਅੱਜ ਕਾਲਾ ਸੰਘਿਆਂ ਦੇ ਬਾਬਾ ਕਾਨਦਾਸ ਦੇ ਮੈਦਾਨ ਦੇ ਵਿੱਚ ਅੱਜ ਦੌੜਾਂ ਵੇਖੇ ਲੱਗਦੀਆਂ ਆਓ ਦਹਿਸ਼ਤ ਹੀ ਬੜੀ ਹੈ ਨੌਜਵਾਨੋ ਜੰਗਲ ਚ ਸ਼ੇਰ ਬੁਗਦਾ ਜਦੋਂ ਉਦੋਂ ਭਜਦੀ ਹੈ ਦੁਨੀਆ ਅੱਗੇ ਪਿੱਛੇ ਨੂੰ ਕੋਈ ਸਾਹਮਣੇ ਨਹੀਂ ਆਉਂਦਾ ਕੋਈ ਸਾਹਮਣੇ ਨਹੀਂ ਆਉਂਦਾ ਜੋਤੀ ਵਿਦੇਸ਼ਾ ਜੋਤੀ ਵਿਦੇਸ਼ਾ ਦੀ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਮੰਗੀ ਦੇ ਉੱਪਰ ਕਾਲੂ ਦੇ ਉੱਪਰ ਬਹੁਤ ਵਧੀਆ ਸੁੱਖੇ ਦੇ ਉੱਪਰ ਲੱਗਾ ਬਗਲ ਭਰਨ ਦੀ ਕੋਸ਼ਿਸ਼ ਮੰਗੀ ਮੰਗੀ ਬੱਗਾ ਪਿੰਡ ਬੱਲੇ ਵਿਦੇਸ਼ਾ ਵਿਦੇਸ਼ਾ ਆਓ ਮੰਗੀ ਵਿਦੇਸ਼ਾ ਗੁਰਚੇਤਨ ਕਾਲੂ ਵਾਸਤੇ ਤੇ ਦੀਪਾ ਨਿਊਜ਼ੀਲੈਂਡ ਵਾਲੇ ਕਾਲੂ ਦਿਆ ਫੜਾਇਆ ਫੜਾਇਆ ਆਪਣੇ ਹੱਥੀ ਹਰਪਾਲ ਪੰਡੋਰੀ ਹਰਪਾਲ ਪੰਡੋਰੀ ਕੋਈ ਚਾਹੁੰਦਾ ਮੰਗੀ ਬਣ ਜਾਵਾਂ 11 ਅਟੈਕ 10 ਜੱਫੇ ਲਾ ਜਾਵਾਂ ਕੋਈ ਚਾਹੁੰਦਾ ਬਣ ਜਾਵਾਂ ਗੱਗੀ ਖੀਰਾਂ ਵਾਲੀ
ਟੱਕ ਕੇ ਜਾਫੀ ਨੂੰ ਹੰਨਿਆ ਤੱਕ ਲੈ ਆਵਾਂ। ਹਰ ਇੱਕ ਚਾਹੁੰਦਾ ਵਰਲਡ ਕੱਪ ਦਾ ਬੈਸਟ ਨਿਕਲਾਂ, ਟਰੈਕਟਰ ਜਿੱਤ ਕੇ ਟੋਰ ਵੱਖਰੀ ਬਣਾ ਜਾਵਾਂ। ਤਕਦੀਰ ਚੰਗੀ ਹੋਵੇ ਕਿਸੇ ਬੱਟੂ ਬਿੱਟੂ ਮੂਸਿਆਂ ਦਾ, ਮੰਜ਼ਿਲ ਵੱਲ ਰਸਤਾ ਕੋਛੜ ਲੱਭ ਲੈਣ ਰਹਾਂ, ਮੰਜ਼ਿਲ ਵੱਲ ਰਸਤਾ ਕੋਛੜ ਲੱਭ ਲੈਣ ਰਹਾਂ। ਇਹ ਰਸਤਾ ਲੱਭਣਾ ਤੁਹਾਡੇ ਹੱਥ ਹੈ ਜਵਾਨੋ, ਖੁੱਲ੍ਹਾ ਮੈਦਾਨ ਤੁਹਾਡੇ ਕੋਲ ਦਿੱਤਾ ਹੈ ਪੰਜਾਬ ਦੀ ਮਾਂ ਖੇਡ ਕਬੱਡੀ ਦਾ। ਹੁਣ ਮਿਹਨਤ ਤੁਸੀਂ ਕਰਨੀ ਹੈ, ਮਿਹਨਤ ਕਰਕੇ ਤੁਸੀਂ ਇਹ ਮੰਜ਼ਿਲ ਦੇ ਤੱਕ ਪਹੁੰਚਣਾ ਹੈ। ਮੰਨੇ ਦੀ ਕਬੱਡੀ ਹੈ, ਮੰਨੇ ਦੀ ਕਬੱਡੀ ਹੈ। ਖੂਬਸੂਰਤ ਅੰਦਾਜ਼ ਦੇ ਨਾਲ ਮੰਨਾ ਕਬੱਡੀ ਪਾਉਂਦਾ ਇਸ ਵੇਲੇ ਮੈਦਾਨ ਦੇ ਵਿੱਚ। ਮੰਨਾ ਬਹੁਤ ਵਧੀਆ ਕਬੱਡੀ ਦਾ ਇਸ ਵੇਲੇ ਹਸਤਾਖਰ ਬਣਿਆ ਅੱਜ ਗੁਰਪਾਲ ਸਿੰਘ ਪਾਲੀ ਚੱਠਾ। ਬਹੁਤ ਵੱਡਾ ਪਿਆਰ ਖਿਡਾਰੀਆਂ ਲਈ, ਆ ਸਾਡੇ ਚੱਠਾ ਬ੍ਰਦਰ, ਆਹ ਪੁੱਤਰਾ ਕਾਲਾ ਸੰਘਿਆਂ ਦਾ ਸ਼ੇਰ ਚੱਲਿਆ ਕਬੱਡੀ ਪਾਉਣ, ਬੱਬਰ ਸ਼ੇਰ। ਆਹ ਵਾਲੀਆ ਸਾਹਿਬ ਖਿੱਚ ਲਓ ਮੁੰਡੇ ਦੀ ਫੋਟੋ। ਇਹ ਤੁਹਾਡੇ ਕਾਲਾ ਸੰਘਿਆਂ ਦਾ ਸ਼ਿੰਗਾਰ ਨਹੀਂ, ਇਹ ਸਮੁੱਚੇ ਪੰਜਾਬ ਦਾ ਸ਼ਿੰਗਾਰ ਬਣੇਗਾ। ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਕੱਪ ਦਾ ਧਾਵੀ ਬਣਨ ਦਾ ਮਾਣ ਹਾਸਲ ਕਰੇਗਾ ਇਹ ਬੱਬਰ ਸ਼ੇਰ। ਪਰ ਫੈਸਲਾ ਜਾਫੀ ਦੇ ਹੱਕ ਵਿੱਚ, ਜਾਫੀ ਦੇ ਹੱਕ ਵਿੱਚ। ਪਾ ਵੀ ਪਾ ਕਬੱਡੀ ਜਵਾਨੋ, ਪਾ ਕਬੱਡੀ ਦੀਪਿਆ, ਪਿੱਛੇ ਮੁੜ ਜਾ ਸੋਹਣਿਆ ਵੇ, ਔਖੇ ਨੇ ਇਸ਼ਕ ਕਮਾਉਣੇ, ਪਿੱਛੇ ਮੁੜ ਜਾ ਸੋਹਣਿਆ ਵੇ, ਔਖੇ ਇਸ਼ਕ ਕਮਾਉਣੇ। ਇਹ ਇਸ਼ਕ ਕਮਾਉਣੇ ਸੌਖੇ ਨੇ ਜਵਾਨੋ, ਇਹ ਮਰਦਾਂ ਦੀ ਖੇਡ ਹੈ। ਇਹ ਮਰਦ ਜਦੋਂ ਤਹੱਈਆ ਕਰ ਲੈਣ ਤੇ ਫਿਰ ਜਿੱਤ ਨੂੰ ਯਕੀਨ ਦੇ ਵਿੱਚ ਬਦਲ ਲੈਂਦੇ ਹਨ। ਮਰਦ ਕਰਦ ਬਿਨ ਗਰਦ, ਮਰਦ ਬਿਨ ਕਰਦ ਨਕੰਮੀ, ਮਰਦ ਧਰਮ ਦੀ ਛੱਤ ਕਰਦ ਛੱਤ ਹੇਠਾਂ ਥੰਮੀ, ਮਰਦ ਕਰਦ ਇਤਫਾਕ ਕਰੇ ਦੁਨੀਆਂ ਪਲਟਾਵੇ, ਮਰਦ ਕਰਦ ਦੇ ਗੀਤ ਸਦਾ ਕਵੀ ਚਾਤਰ ਗਾਵੇ, ਮਰਦ ਕਰਦ ਕੋ ਲਾਜ ਮੂੰਹ ਮੋੜੇ ਖੇਤ ਚੋਂ, ਮਰਦ ਤਹੱਈਆ ਜੇ ਕਰੇ ਤੇਲ ਨਿਕਾਲੇ ਰੇਤ ਚੋਂ, ਮਰਦ ਤਹੱਈਆ ਜੇ ਕਰੇ ਤੇਲ ਨਿਕਾਲੇ ਰੇਤ। ਅੱਜ ਕਬੱਡੀ ਕਾਲੂ ਮੇਹੜੂ ਵਾਲਾ ਬਹੁਤ ਵਧੀਆ, ਬਹੁਤ ਖੂਬਸੂਰਤ ਕਾਲੂ, ਬਹੁਤ ਤਜਰਬੇਕਾਰ ਖਿਡਾਰੀ। ਆ ਫਰੀ ਨੋ ਤੇਰੇ ਜਵਾਨਾ, ਆ ਫਰੀ ਨੋ ਏ, ਕਹਿੰਦਾ ਟੱਪ ਜੂ ਕਿਕਰਾ, ਚੜਾ ਦੂ ਗੀਰਿਆਂ ਤੇ ਜਵਾਨੋ, ਚੜਾ ਦਿਆਂਗੇ ਗੀਰਿਆਂ ਤੇ। ਆ ਚੱਲਿਆ ਕੁਲਜੀਤਾ 68 ਕਬੱਡੀਆਂ 65 ਨੰਬਰ ਚੱਠਾ ਸਾਹਿਬ, ਇਹ ਤੁਹਾਡਾ ਲਾਡਲਾ, ਇਹ ਤੁਹਾਡਾ ਚਹੇਤਾ ਜਿਹਨੂੰ ਤੁਸੀਂ ਪਿਆਰ ਦਿੱਤਾ। ਅੱਜ ਮੁਣੇ ਵੇਖ ਲਾ ਕਬੱਡੀਆਂ, ਮੋਣਾ ਕਾਲਾ ਸੰਘਿਆਂ ਦਾ ਕੋਚੀ ਅੱਜ ਮੰਗੀ, ਵੇਖ ਲਾ 68 ਕਬੱਡੀਆਂ ਪਾਉਣ ਵਾਲਿਆ ਵੀਰਾ, ਅੱਜ ਕੁਲਜੀਤੇ ਦੀਆਂ ਕਬੱਡੀਆਂ ਵੇਖ ਲਾ। ਅੱਜ ਕੁਲਵੰਤ ਚੱਠਾ ਚੇਅਰਮੈਨ ਸਲੋ ਕਬੱਡੀ ਕਲੱਬ, ਚੇਅਰਮੈਨ ਟੰਡੋਵਾਲ ਵੈਲਫੇਅਰ ਆਰਗੇਨਾਈਜੇਸ਼ਨ, ਅੱਜ ਮਾਣ ਹੈ ਸਾਨੂੰ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂਕੇ ਦਾ ਖਜ਼ਾਨਾ ਮੰਤਰੀ ਟ੍ਰੇਅਰਾਰ ਗੁਰਪਾਲ ਸਿੰਘ ਪਾਲੀ ਚੱਠੇ ਨੂੰ ਮੀਡੀਆ ਪ੍ਰੈਸ ਮੀਡੀਆ ਦਾ ਵੱਡਾ ਪਿਆਰ ਦਿੱਤਾ ਹੈ, ਮਾਣ ਦਿੱਤਾ। ਵਿਦੇਸ਼ੇ ਦੀ ਕਬੱਡੀ ਪਈ ਹੈ, ਵਿਦੇਸ਼ੇ ਦੀ ਕਬੱਡੀ ਹੈ, ਵਿਦੇਸ਼ਾ ਖੂਬਸੂਰਤ ਬਹੁਤ ਵਧੀਆ, ਰਿੱਕੀ ਰਿੱਕੀ ਵਿਦੇਸ਼ਾ ਵਿਦੇਸ਼ਾ ਰਿੱਕੀ ਬਹੁਤ ਵਧੀਆ। ਆ ਗਈ ਵੇਲਣੇ ਚ ਲੱਤ ਜਵਾਨਾ, ਆ ਗਈ ਵੇਲਣੇ ਚ ਲੱਤ ਜਵਾਨਾ, ਹੁਣ ਕਿੱਧਰ ਨੂੰ ਜਾਣਾ, ਆ ਗਈ ਵੇਲਣੇ ਚ, ਬਹੁਤ ਵਧੀਆ। ਸਾਈਂ ਤੇਰਾ ਨਾਮ ਧਿਆਈ ਦਾ ਚੱਠਾ ਸਾਹਿਬ, ਸਾਈਂ ਤੇਰਾ ਨਾਮ ਧਿਆਈ ਦਾ, ਸਾਈਂ ਤੇਰਾ ਨਾਮ ਧਿਆਈ ਦਾ, ਬੁੱਲੇ ਨਾਲੋਂ ਚੁੱਲ੍ਹਾ ਚੰਗਾ ਮੁਣੀ ਜੀ, ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿਸ ਪਰ ਤੌਣ ਪਕਾਈ ਦਾ, ਰਲ ਫਕੀਰਾਂ ਮਜਲਿਸ ਕੀਤੀ ਭੋਰਾ ਭੋਰਾ ਖਾਈ ਦਾ, ਰੰਗੜ ਨਾਲੋਂ ਖੰਗੜ ਚੰਗਾ ਜਿਸ ਪਰ ਪੈਰ ਕਸਾਈ ਦਾ, ਬੁੱਲੇ ਸ਼ਾਹ ਨੂੰ ਸੋਈ ਹੋਈ ਭਾਵੇ ਜਿਹੜਾ ਬੱਕਰਾ ਬਣੇ ਕਸਾਈਏ ਦਾ, ਜਿਹੜਾ ਬੱਕਰਾ ਬਣੇ ਕਸਾਈ। ਇਸ ਦੇ ਨਾਲ ਹਾਫ ਦਾ ਟਾਈਮ ਇਜ਼ ਓਵਰ, ਹਾਫ ਦਾ ਟਾਈਮ ਇਜ਼ ਓਵਰ, ਅੱਧਾ ਸਮਾਂ ਸਮਾਪਤ। ਦਰਸ਼ਕ ਵੀਰੋ, ਨੰਬਰਾਂ ਦਾ ਲੇਖਾ ਜੋਖਾ, ਬੱਚੋਵਾਲ ਕਲੱਬ 14.5, ਸੰਗਰੂਰ ਸਪੋਰਟਸ ਕਲੱਬ 20 ਨੰਬਰ 14.5 ਦੇ ਮੁਕਾਬਲੇ ਲੈ ਕੇ ਇੱਥੋਂ ਦੇ ਅੱਗੇ ਚਲਦੀ ਹੋਈ ਆਰਾਮ ਦੇ ਪਲ ਖੂਬਸੂਰਤ। ਪੁੱਤ ਸੂਰਮੇ ਮਾਵਾਂ ਦੇ ਜਦੋਂ ਖੇਡਦੇ ਨੋਟ ਲੱਗ ਜਾਂਦੇ ਜੱਫਿਆਂ ਤੇ ਰੇਡ ਤੇ, ਹੱਥ ਲਾ ਕੇ ਹੋਵੇ ਵੱਖ ਪੂਰਾ ਵਾਰ ਦਿੰਦੇ ਲੱਕ, ਥਾਪੀ ਮਾਰ ਕੇ ਰੇਡਾਂ ਦੇ ਜਦੋਂ ਛੱਡੀਆਂ, ਟਹਿਲੇ ਦੇ ਮਿੱਤਰਾਂ ਨੇ ਪੌਣੇ ਭੰਗੜੇ ਤੇ ਖੇਡਣੀ ਕਬੱਡੀਆਂ, ਟਹਿਲੇ ਦੇ ਮਿੱਤਰਾਂ ਨੇ। ਇਹ ਟਹਿਲ ਸਿੰਘ ਟਹਿਲੇ ਦੇ ਲਫ਼ਜ਼ ਤੁਹਾਡੇ ਨਾਲ ਸਾਂਝੇ। ਪਾਓ ਵੀ ਕਬੱਡੀ ਜਵਾਨੋ, ਪਾਓ ਕਬੱਡੀ।
ਭਾਵੇਂ ਲੱਖਾਂ ਹੀ ਖੇਡਾਂ ਖੇਡੋ ਪਰ ਕਬੱਡੀ ਹੈ ਖੇਡਾਂ ਦੀ ਰਾਣੀ। ਤਾਨੋ ਪੁੱਤਰ ਮਾਵਾਂ ਦੇ ਜਿੰਨਾ ਕਦਰ ਇਸ ਦੀ ਜਾਣੀ ਗੁੱਟ ਪੱਕਾ ਸਿੱਧਾ ਫੜ ਗਏ ਬਈ ਤੋਚੀ ਤੋਖੀ ਸਾਧ ਸਵਰਨਾ ਇਹ ਕੰਮ ਕੋਈ ਸੌਖਾ ਨਹੀਂ ਸ਼ੇਰਾਂ ਮੋਹਰੇ ਗੁੱਟ ਫੜਨਾ ਜੇਕਰ ਗੁੱਟ ਤੋਂ ਤਿਲਕ ਜਾਵੇ ਟਹਿਲਿਆ ਕੈਂਚੀ ਪੈਂਦੀ ਹੈ ਲਾਉਣੀ। ਤਾਨੋ ਪੁੱਤ ਮਾਵਾਂ ਦੇ ਜਿਹਨਾਂ ਨੇ ਕਦਰ ਇਸ ਦੀ ਜਾਣੀ ਤਨ ਹਨ ਪੁੱਤ ਉਹ ਮਾਵਾਂ ਦੇ ਜਿਹਨਾਂ ਨੇ ਕਦਰ ਇਸ ਦੀ ਜਾਣੀ ਕਦਰ ਸੁਰਜਨ ਸਿੰਘ ਚੱਠੇ ਵਰਗੇ ਨੇ ਸਪਰੇ ਬਈ ਸੁਰਜਨ ਸਿੰਘ ਚੱਠੇ ਵਰਗਿਆਂ ਨੇ ਕਦਰ ਇਸ ਦੀ ਪਛਾਣੀ ਤੇ ਅੱਜ ਕਬੱਡੀ ਨੂੰ ਇੱਕ ਪਲੇਟਫਾਰਮ ਦੇ ਥੱਲੇ ਲਿਆਉਣ ਦਾ ਪੰਜਾਬ ਸਰਕਾਰ ਨੇ ਮਾਨਤਾ ਦੇ ਦਿੱਤੀ।